ਮੈਂ ਆਪਣੇ ਗੁਰੂ ਦੇ ਪਰਮਾਤਮਾ ਸਾਧਨ ਕਿਰਪਾਲ ਦਾ ਧੰਨਵਾਦੀ ਹੈ, ਜਿਨ੍ਹਾਂ ਨੇ ਕਿ ਇਸ ਗਰੀਬ ਆਤਮਾ ਤੇ ਬੜੀ ਤਾਰੀ ਆਪਣੀ ਦਇਆ ਕੀਤੀ। ਸਾਨੂੰ ਪਤਾ ਹੀ ਹੈ ਕਿ ਜਦ ਬਾਰਿਸ਼ ਹੋਣੀ ਹੁੰਦੀ ਹੈ, ਅਸਮਾਨ ਵਿੱਚ ਬੱਦਲ ਹੋ ਜਾਂਦੇ ਹੈ, ਕਿਸਾਨ ਲੋਕਾਂ ਨੂੰ ਜੋ ਗਰਮੀ ਤੋਂ ਦੁਖੀ ਹੁੰਦੇ ਹੈ, ਫਸਲ ਖਰਾਬ ਹੈ, ਉਹਨਾਂ ਨੂੰ ਆਸ ਬੱਝਦੀ ਹੈ, ਅੰਦਰੇ ਅੰਦਰ ਉਸ ਪ੍ਰਭੂ ਦਾ ਵੀ ਧੰਨਵਾਦ ਕਰਦੇ ਹੈ ਕਿ ਠੰਡ ਹੋਏਗੀ, ਫਸਲ ਅੱਛੀ ਹੋਏਗੀ। ਇਸੇ ਤਰ੍ਹਾਂ ਜਦ ਉਹ ਪ੍ਰਭੂ ਦਇਆ ਕਰਦਾ, ਮਿਹਰ ਕਰਦਾ ਹੈ, ਉਹ ਸਭ ਤੋਂ ਪਹਿਲਾਂ ਸਾਨੂੰ ਕਿਸੇ ਸੰਤ ਮਹਾਤਮਾ ਦੀ ਸੰਗਤ ਔਰ ਸੋਭਤ ਦੇ ਵਿੱਚ ਲਿਆਉਂਦਾ ਹੈ। ਇਹ ਅੱਜ ਦਾ ਤਰੀਕਾ ਨਹੀਂ, ਆ ਜੁਗਾਦ ਦਾ ਹੀ ਤਰੀਕਾ ਤੁਰਿਆ ਆਉਂਦਾ ਹੈ। ਅੱਜ ਤੱਕ ਪਰਮਾਤਮਾ ਕਿਸੇ ਨੂੰ ਸਿੱਧਾ ਆਪਣਾ ਰਸਤਾ ਨਹੀਂ ਬਤਾ ਸਕਿਆ, ਸਦਾ ਹੀ ਇਹ ਰਸਤਾ ਜੁਗ ਜੁਗ ਭਗਤੋ ਪਾਇਆ, ਇਹ ਜੁਗਾਂ ਜੁਗਾਂ ਦੇ ਤੁਰਿਆ ਆਉਂਦਾ ਹੈ ਕਿ ਪਰਮਾਤਮਾ ਜਦ ਮਿਹਰ ਕਰਦਾ ਹੈ, ਉਹ ਆਪਣੇ ਪਿਆਰਿਆਂ ਸੰਤਾਂ ਦੀ ਸੋਭਤ ਵਿੱਚ ਭੇਜਦਾ ਹੈ। ਜਦ ਇਹ ਸੰਤਾਂ ਮਹਾਤਮਾ ਦੀ ਸੋਭਤ ਵਿੱਚ ਜਾਂਦੇ ਹੈ, ਉਹ ਸਾਡੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਦਿੰਦੇ ਹੈ, ਨਾਮ ਨਾਲ ਜੋੜ ਦਿੰਦੇ ਹੈ। ਜਦ ਸਾਨੂੰ ਸੰਤਾਂ ਮਹਾਤਮਾ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਪਰਮਾਤਮਾ ਸਾਡੇ ਸਭ ਦੇ ਅੰਦਰ ਹੈ, ਅੰਦਰੋਂ ਹੀ ਅਸੀਂ ਉਸਨੂੰ ਮਿਲ ਸਕਦੇ ਹਾਂ, ਬਾਹਰੋਂ ਨਾ ਅੱਜ ਤੱਕ ਕਦੇ ਕਿਸੇ ਨੂੰ ਮਿਲਿਆ ਹੈ, ਨਾ ਮਿਲ ਹੀ ਸਕਦਾ ਹੈ। ਗੁਰੂ ਸਾਹਿਬ ਕਹਿੰਦੇ ਆ, ਸਭ ਕੁਛ ਕਰਮ ਹੈ ਬਾਹਰ ਨਾਹੀ, ਬਾਹਰ ਟੋਲੇ ਸੋ ਪਰਮ ਪਲਾਹੀ। ਸੋ ਇਸ ਗਰੀਬ ਆਤਮਾ 'ਤੇ ਉਸ ਪ੍ਰਭੂ ਕਿਰਪਾਲ ਨੇ, ਸਾਵਨ ਨੇ ਬੜੀ ਹੀ ਦਇਆ ਕੀਤੀ। ਬਚਪਨੇ ਤੋਂ ਹੀ ਆਪਦੀ ਸੰਗਤ ਔਰ ਸੋਭਤ ਦਾ ਸ਼ੌਕ ਅੰਦਰ ਪੈਦਾ ਕੀਤਾ, ਇਸ ਤਰ੍ਹਾਂ ਦਇਆ ਕੀਤੀ। ਮੈਂ ਸਦਾ ਹੀ ਦੱਸਦਾ ਹੁੰਦਾ ਹੈ ਕਿ ਜਿਸ ਤਰ੍ਹਾਂ ਧੋਬੀ ਦੀ ਲੜਕੀ ਦੇ ਉੱਤੇ ਰਵਿਦਾਸ ਨੇ ਦਇਆ ਕੀਤੀ ਸੀ, ਇਸ ਗਰੀਬ ਆਤਮਾ ਦੇ ਉੱਪਰ ਵੀ ਰਾਜਸਥਾਨ ਦੇ ਅੰਦਰ ਬੜੇ ਹੀ ਰੇਗਿਸਤਾਨ ਦੇ ਅੰਦਰ ਜਾ ਕੇ ਦਇਆ ਕੀਤੀ, ਮਿਹਰ ਕੀਤੀ। ਖਾਸ ਕਰਕੇ ਉਹਨਾਂ ਦਿਨਾਂ 'ਚ ਜਦ ਕਿ ਸਰੀਰ ਕਰਕੇ ਉਹਨਾਂ ਨੂੰ ਕਾਫੀ ਤਕਲੀਫ ਸੀ, ਲੇਕਿਨ ਸੰਤ ਜਦ ਦਇਆ ਕਰਦੇ ਹੈ, ਉਹ ਸ਼ਬਦ ਦੇ ਜ਼ਰੀਏ ਕਰਦੇ ਹੈ। ਸਰੀਰ ਵੀ ਸਾਨੂੰ ਜ਼ਰੂਰ ਕਿਸੇ ਦਾ ਸਹਾਰਾ ਲੈਣਾ ਪੈਂਦਾ ਹੈ, ਹਵਾਈ ਜਹਾਜ਼ ਦਾ, ਕਾਰ ਦਾ, ਲੇਕਿਨ ਜੋ ਉਹਨਾਂ ਦਾ ਅਸਲੀ ਰੂਪ ਹੈ, ਸ਼ਬਦ ਹੈ, ਨਾਮ ਹੈ, ਉਸ ਨੂੰ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ। ਨਾ ਕੋਈ ਉਸਨੂੰ ਬਿਮਾਰੀ ਹੈ, ਨਾ ਕੋਈ ਉਸਨੂੰ ਤਕਲੀਫ ਹੈ, ਨਾ ਉਸਨੂੰ ਕੋਈ ਪਰੇਸ਼ਾਨੀ ਹੈ। ਸੋ ਕਿਸ ਤਰ੍ਹਾਂ ਉਸਨੇ ਦਇਆ ਕੀਤੀ ਕਿ ਪੀਤੇ ਦੇ ਦਿਲ ਅੰਦਰ ਬੜਾ ਹੀ ਸ਼ੌਕ ਸੀਗਾ ਪਰਮਾਤਮਾ ਦੇ ਪਾਉਣ ਦਾ। ਸਾਨੂੰ ਪਤਾ ਹੈ ਕਿ ਸਾਡਾ ਜੀਵਨ ਸਭ ਤੋਂ ਪਹਿਲਾਂ ਉਸ ਜਗ੍ਹਾ ਤੋਂ ਹੀ ਸ਼ੁਰੂ ਹੁੰਦਾ ਹੈ, ਮਾਤਾ ਪਿਤਾ ਤੋਂ। ਜੋ ਵੀ ਪਾਠ ਪੂਜਾ ਸ਼ਰਧਾ ਨਾਲ ਮਾਤਾ ਪਿਤਾ ਕਰਦੇ ਹੈ, ਜਿਸ ਸਮਾਜ ਦੇ ਅੰਦਰ ਉਹ ਪੈਦਾ ਹੁੰਦੇ ਹੈ, ਉਹ ਹੀ ਬੱਚੇ ਅਖਤਿਆਰ ਕਰ ਲੈਂਦੇ ਹੈ। ਮਾਤਾ ਪਿਤਾ ਪੜ੍ਹ ਪੜ੍ਹਾਈ 'ਤੇ ਜ਼ੋਰ ਦਿੰਦੇ ਹੈ, ਬੱਚੇ ਵੀ ਪੜ੍ਹ ਪੜ੍ਹਾਉਣ ਦੇ ਵਿੱਚ ਹੀ ਸ਼ਰਧਾ ਕਰ ਲੈਂਦੇ ਹੈ। ਅਗਰ ਮਾਤਾ ਪਿਤਾ ਪਾਣੀ ਨੂੰ ਪੂਜਦੇ ਹੈ, ਪੱਥਰ ਨੂੰ ਪੂਜਦੇ ਹੈ, ਹੋਰ ਵੀ ਕਿਸੇ ਦੇਵੀ ਦੇਵਤੇ ਦੀ ਉਪਾਸ਼ਕ ਹੈ, ਸੋ ਬੱਚਿਆਂ ਨੇ ਉਹੀ ਨਕਲ ਕਰਨੀ ਹੈ, ਉਸ 'ਤੇ ਥਾਂ ਹੀ ਆਪਣੀ ਸ਼ਰਧਾ ਲਿਆਉਣੀ ਹੈ। ਸੋ ਇਸੇ ਤਰ੍ਹਾਂ ਰਾਜਾ ਪੀਪਾ ਦੇਵੀ ਦਾ ਉਪਾਸ਼ਕ ਸੀ, ਆਪਦੇ ਮਹਿਲ ਦੇ ਅੰਦਰ ਉਸਨੇ ਮੰਦਰ ਬਣਵਾਇਆ ਹੋਇਆ ਸੀਗਾ। ਲੇਕਿਨ ਮੈਂ ਦੱਸਿਆ ਸੀਗਾ ਕਿ
ਜਦ ਅਸਮਾਨ ਵਿੱਚ ਬੱਦਲ ਹੋ ਜਾਂਦੇ ਹੈ, ਜਦ ਬਾਰਿਸ਼ ਹੋਣੀ ਹੁੰਦੀ ਹੈ, ਤੋ ਅੰਦਰ ਤੇ ਹੀ ਆਵਾਜ਼ ਜਿਸ ਨੂੰ ਅਸੀਂ ਆਕਾਸ਼ ਬਾਣੀ ਦੀ ਬੋਲ ਦਿੰਦੇ ਹੈ, ਤੇ ਸਭ ਤੋਂ ਉੱਚੀ ਆਵਾਜ਼ ਆਉਣ ਲੱਗ ਗਈ ਕਿ ਪੀਪਾ ਪੂਰਾ ਗੁਰੂ ਖੋਜ, ਨਹੀਂ ਤਾਂ ਕਾਲ ਕਿਸੇ ਦੀ ਲਿਹਾਜ਼ ਨਹੀਂ ਕਰਦਾ ਗਾ, ਖਲ ਲਾ ਦੇਗਾ, ਨਰਕ ਦੇ ਵਿੱਚ ਭੇਜ ਦੇਵੇਗਾ। ਤੋ ਪੀਪੇ ਨੇ ਅਹਿਲਕਾਰਾਂ ਨੂੰ ਬੁਲਾਇਆ ਕਿ ਵੀ ਕੋਈ ਇਸ ਵਕਤ ਕੋਈ ਪੂਰਾ ਮਹਾਤਮਾ ਹੈ ਜੋ ਕਿ ਮੈਨੂੰ ਅੰਦਰੋਂ ਉਸ ਸ਼ਬਦ ਦੇ ਨਾਲ, ਨਾਮ ਦੇ ਨਾਲ ਜੋੜ ਦੇਵੇ, ਉਸ ਨਾਮ ਨੂੰ ਪਾ ਕੇ ਮੈਨੂੰ ਸ਼ਾਂਤੀ ਮਿਲੇ, ਕਿਉਂਕਿ ਰਾਜਪਾਠ ਤਾਂ ਪੀਪੇ ਨੇ ਪਾਇਆ ਹੋਇਆ ਹੀ ਸੀਗਾ, ਜਿਹਦੇ ਵਿੱਚ ਸ਼ਾਂਤੀ ਨਹੀਂ ਸੀਗੀ, ਸ਼ਾਂਤੀ ਤਾਂ ਨਾਮ ਵਿੱਚ ਹੀ ਹੈ। ਸੋ ਸਭ ਨੇ ਦੱਸਿਆ ਕਿ ਕਬੀਰ ਸਾਹਿਬ ਤਾਂ ਸੰਸਾਰ ਵਿੱਚੋਂ ਅਲੋਪ ਹੋ ਗਏ ਹੈ, ਚਲੇ ਗਏ ਹੈ, ਇਸ ਵੇਲੇ ਰਵੀਦਾਸ ਮਹਾਤਮਾ ਹੈ। ਸਭ ਕੁਛ ਉਹਨਾਂ ਨੇ ਤਹਿਕੀਕਾਤ ਕੀਤੀ, ਦਿਲ 'ਚ ਖਿਆਲ ਵੀ ਆਇਆ ਕਿ ਉਹ ਚਮਾਰ ਜਾਤੀ ਦੇ ਵਿੱਚ ਹੈ, ਅਗਰ ਮੈਂ ਉਸਦੇ ਪਾਸ ਚਲਿਆ ਗਿਆ ਮਤਾ ਐਸਾ ਨਾ ਹੋਵੇ, ਰਜਿਤ ਜਿਹੜੀ ਹੈ ਉਹ ਵਿਗੜ ਜਾਵੇ, ਕਿ ਇੱਕ ਰਾਜਾ ਹੋ ਕੇ ਰਾਜਪੂਤ ਛਤਰੀ ਹੋ ਕੇ ਇਹ ਚਮਾਰਾਂ ਦੇ ਘਰ ਅੰਦਰ ਜਾਂਦਾ ਹੈ ਜਾਂ ਚਮਾਰਾਂ ਨੂੰ ਗੁਰੂ ਧਾਰਨ ਕਰ ਰਿਹਾ ਹੈ। ਉਹ ਜਵਾਨੇ ਸਾਨੂੰ ਪਤਾ ਹੀ ਹੈ ਕਿ ਬਹੁਤ ਸਾਰਾ ਸਮਾਜਿਕ ਬੰਧਨ ਸੀਗੇ, ਅੱਜ ਤਾਂ ਥੋੜ੍ਹੀ ਬਹੁਤੀ ਫਿਰ ਆਜ਼ਾਦੀ ਹੈ। ਸੋ ਰਾਜਾ ਪੀਪਾ ਰਵੀਦਾਸ ਦੇ ਘਰੇ ਗਿਆ, ਅੱਗੇ ਰਵੀਦਾਸ ਦੇ ਦਿਲ ਅੰਦਰ ਬੜੀ ਦਇਆ ਆਈ ਕਿ ਇੱਕ ਰਾਜਾ ਹੋ ਕੇ ਮੇਰੇ ਫਕੀਰ ਦੇ ਪਾਸ ਆਇਆ ਹੈ, ਇਸ ਨੂੰ ਕੁਛ ਦੇਣਾ ਚਾਹੀਦਾ ਹੈ, ਇਸ ਨੂੰ ਪਤਾ ਲੱਗੇ ਕਿ ਮਹਾਤਮਾ ਦੇ ਪਾਸ ਪਰਮਾਤਮਾ ਨੇ ਕਿਤਨੀ ਦਇਆ ਰੱਖੀ ਹੈ। ਸੋ ਇਹ ਰਾਜਾ ਹੋ ਕੇ ਮੇਰੇ ਪਾਸ ਆਇਆ ਹੈ, ਉਹ ਅੱਗੇ ਕੁੰਨ ਦੇ ਵਿੱਚੋਂ ਪਾਣੀ, ਪਿੰਡ ਦੇ ਵਿੱਚੋਂ ਪਾਣੀ ਕੱਢ ਕੇ ਕੁੰਨ ਵਿੱਚ ਪਾਈ ਜਾਂਦੇ ਸੀਗੇ। ਹੁਣ ਸੰਤਾਂ ਦੀ ਦ੍ਰਿਸ਼ਟੀ ਦੇ ਵਿੱਚ ਹੱਥ ਦੇ ਵਿੱਚ ਹੀ ਅੰਮ੍ਰਿਤ ਹੁੰਦਾ ਹੈ, ਅੰਮ੍ਰਿਤ ਦ੍ਰਿਸ਼ਟ ਦੇਖੇ ਹੋਏ ਸੰਤ। ਸੋ ਇਸ ਵਾਸਤੇ ਉਹ ਕਹਿੰਦੇ, ਰਾਜਾ ਤੂੰ ਭੁੱਖ ਕਰ, ਤੈਨੂੰ ਮੈਂ ਪਾਣੀ ਪਿਲਾਵਾਂ। ਹੁਣ ਮਨ ਜਿਹੜਾ ਹੈ, ਜੋ ਸਾਡਾ ਜਾਨੀ ਦੁਸ਼ਮਣ ਹੈ, ਜੋ ਸਾਡੇ ਅੰਦਰ ਹੀ ਬੈਠਾ ਹੈ, ਵਕੀਲ ਦੀ ਤਰ੍ਹਾਂ ਅੰਦਰੋਂ ਹੀ ਸਮਝਾ ਦਿੰਦਾ ਹੈ, ਮਨ ਦੀ ਡਿਊਟੀ ਹੈ ਕਿ ਕੋਈ ਵੀ ਆਤਮਾ ਗੁਰੂ ਭਗਤੀ ਕਰਨੇ ਨਾ ਪਾਏ। ਤੋ ਮਨ ਨੇ ਕਿਹਾ ਕਿ ਦੇਖ ਵੀ ਪਿਆਰਿਆ, ਤੂੰ ਹੁਣ ਪਾਣੀ ਚਮਾਰ ਦੇ ਹੱਥ ਦਾ ਪੀਣਾ ਹੈ, ਕਿਤੇ ਚਮਾਰ ਨਾ ਬਣ ਜਾਈ। ਹੁਣ ਮਹਾਤਮਾ ਨੂੰ ਜਵਾਬ ਵੀ ਨਾ ਦੇ ਸਕਿਆ, ਕਿਉਂਕਿ ਮਹਾਤਮਾ ਦਾ ਰੋਹ ਵੀ ਸੀਗਾ। ਆਖਿਰ ਉਸਨੇ ਇਸ ਤਰ੍ਹਾਂ ਬੁੱਕ ਕੀਤਾ, ਚੌੜੀਆਂ ਬਾਹਾਂ ਵਾਲਾ ਕੁੜਤਾ ਸੀਗਾ, ਤੋ ਪਾਣੀ ਅੱਗੇ ਸੰਘ ਦੇ ਵਿੱਚ ਮੂੰਹ ਦੇ ਵਿੱਚ ਨਾ ਲਗਾਇਆ, ਥੱਲੇ ਡੋਲਦਾ ਰਿਹਾ। ਮਹਾਤਮਾ ਚੁੱਪ ਰਹੇ, ਬੇਸ਼ੱਕ ਸਭ ਕੁਛ ਉਹ ਦੇਖਦੇ ਸਨ, ਉਹ ਸਬਰ ਵਾਲੇ ਸਨ। ਆਖਿਰ ਘਰ ਆਇਆ, ਘਰੇ ਆ ਕੇ ਧੋਬੀ ਬੁਲਾਇਆ, ਕਹਿਣ ਲੱਗਿਆ, ਦੇਖ ਵੀ ਪਿਆਰਿਆ, ਤੂੰ ਖੜੇ ਘਾਟ ਅੰਦਰ ਇਸ ਕੱਪੜਿਆਂ ਨੂੰ ਮੇਰਿਆਂ ਨੂੰ ਸਾਫ਼ ਕਰਿਆ ਕਰਕੇ ਲਿਆ, ਕਿਸੇ ਨੂੰ ਬਤਾਈ ਨਾ, ਕਿਉਂਕਿ ਅਗਰ ਵਗਦੇ ਪਾਣੀ ਅੰਦਰ ਤੂੰ ਇਸ ਨੂੰ ਸਾਫ਼ ਕਰੇਗਾ, ਜੋ ਲੋਕ ਇਸ ਪਾਣੀ ਨੂੰ ਪੀਣਗੇ ਮਤਾਂ ਉਹ ਵੀ ਚਮਾਰ ਨਾ ਬਣ ਜਾਣ। ਤੂੰ ਇਸ ਵਾਸਤੇ ਕਹਿਣ ਲੱਗਿਆ, ਖੜੇ ਘਾਟ 'ਤੇ ਇਸ ਪਾਣੀ ਕੱਪੜਿਆਂ ਨੂੰ ਤੂੰ ਸਾਫ਼ ਕਰੀ। ਆਖਿਰ ਉਹ ਧੋਬੀ ਚਲਿਆ ਗਿਆ, ਧੋਬੀਆਂ ਦੇ ਲੜਕੀ ਸੀ, ਨਾਬਾਲਗ ਲੜਕੀ ਸੀ, ਉਸ ਨੂੰ ਪਤਾ ਨਹੀਂ ਸੀਗਾ ਕਿ ਇਹ ਸਾਡੇ ਜਿਹੜੇ ਵੱਡੇ ਕੱਪੜੇ ਨੂੰ ਸਾਫ਼ ਕਰਦੇ ਹੈ, ਦਾਗ ਮੂੰਹ ਨਾਲ ਧੋਂਦੇ ਹੈ, ਔਰ ਉਹ ਪਾਣੀ ਡੋਲ ਦਿੰਦੇ ਹੈ, ਉਹ ਥੁੱਕ ਨੂੰ ਸਿੱਟ ਦਿੰਦੇ ਹੈ, ਉਹ ਉਸ ਥੁੱਕ ਨੂੰ ਅੰਦਰੇ ਨਗਾਈ ਗਈ। ਹੁਣ ਪਰਮ ਸੰਤਾਂ ਦੇ ਹੱਥ ਦਾ ਪਾਣੀ ਸੀਗਾ, ਉਹ ਨਾਬਾਲਗ ਲੜਕੀ ਸੀਗੀ। ਸੋ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਕਿ ਬੱਚੇ ਬੜੇ ਭੋਲੇ ਆਤਮਾ ਹੁੰਦੀਆਂ ਹਨ, ਕਈ ਦਫ਼ਾ ਮਾਤਾ ਪਿਤਾ ਤਾਂ ਗੁਰੂ ਤੋਂ ਸੰਦੇਸ਼ ਪ੍ਰਾਪਤ ਕਰ ਨਹੀਂ ਸਕਦੇ ਗੇ, ਬੱਚੇ ਕਰ ਲੈਂਦੇ ਹੈ। ਇਸੇ ਤਰ੍ਹਾਂ ਉਹ ਲੜਕੀ ਦਾ ਖਿਆਲ ਸੀਗਾ, ਭੋਲੀ ਸੀਗੀ। ਆਖਰ ਉਹ ਉਸ ਪਾਣੀ ਨੂੰ ਅੰਦਰ ਥੁੱਕ ਨੂੰ ਨਗਾਉਂਦੀ ਰਹੀ,
ਪੜਦੇ ਖੁੱਲਦੇ ਗਏ, ਗਿਆਨ ਧਿਆਨ ਦੀਆਂ ਬਾਤਾਂ ਹੋਣ ਲੱਗੀਆਂ, ਪੜੋਸ ਪੜੋਸ ਸਭ ਥਾਂ ਪਤਾ ਹੋਇਆ। ਜਦ ਪਤਾ ਹੋਇਆ ਕਿ ਫਲਾਣੇ ਧੋਬੀ ਦੇ ਘਰੇ ਲੜਕੀ ਬੜੀ ਮਹਾਤਮਾ ਹੈ, ਬੜੀ ਅੱਛੀ ਹੈ, ਗਿਆਨ ਧਿਆਨ ਦੀਆਂ ਬਾਤਾਂ ਕਰਦੀ ਹੈ, ਹੁਣ ਰਾਜਾ ਆਲਾ ਪਾਤਰ ਸੀ, ਦਿਲ ਵਿੱਚ ਸ਼ੌਕ ਸੀ। ਆਖਰ ਦਿਲ ਚ ਖਿਆਲ ਆਇਆ ਕਿ ਮੈਂ ਦਿਨੇ ਗਿਆ ਤਾਂ ਫਿਰ ਉਹੀ ਬਾਤ ਆ ਜਾਏਗੀ ਕਿ ਪਹਿਲਾਂ ਚਮਾਰਾਂ ਦੇ ਗਿਆ, ਹੁਣ ਮੈਂ ਧੋਬੀਆਂ ਦੇ ਜਾਣਾ ਹੈ, ਮਤਾ ਰਹਿ ਜਿਤਨਾ ਵਿਗੜ ਜਾਵੇ। ਰਾਤ ਨੂੰ ਰਾਜਾ ਸੀਪਾ ਉਸ ਧੋਬੀ ਦੇ ਘਰੇ ਗਿਆ। ਅੱਗੇ ਲੜਕੀ ਨੇ ਦੇਖਿਆ ਕਿ ਰਾਜਾ ਮੇਰੇ ਪਾਸ ਆ ਰਿਹਾ ਹੈ। ਲੜਕੀ ਉੱਠੀ, ਹੱਥ ਜੋੜੇ, ਉਹ ਕਹਿਣ ਲੱਗਿਆ, ਦੇਖ ਬੇਟੀ, ਮੈਂ ਤੇਰੇ ਪਾਸ ਰਾਜਾ ਬਣ ਕੇ ਨਹੀਂ ਆਇਆ ਗਾ, ਮੈਂ ਤਾਂ ਰੂਹਾਨੀਅਤ ਦਾ ਚਾਹਵਾਨ ਹਾਂ। ਉਹ ਲੜਕੀ ਕਹਿਣ ਲੱਗੀ, ਦੇਖ, ਮੈਂ ਰਾਜਾ ਸਮਝ ਕੇ ਤੈਨੂੰ ਨਹੀਂ ਉੱਠੀ, ਮੈਂ ਤਾਂ ਸਿਰਫ ਸ਼ੁਕਰਾਨੇ ਦੇ ਤੌਰ ਤੇ ਤੇਰਾ ਧੰਨਵਾਦ ਕਰਦੀ ਹਾਂ ਕਿ ਜੋ ਰਾਜ, ਜੋ ਹਕੀਕਤ, ਜੋ ਸਚਿਆਈ ਸੀ ਉਹ ਤੇਰੇ ਕੁੜਤੇ ਦੇ ਅੰਦਰ ਹੀ ਸੀ ਜੋ ਮੈਨੂੰ ਮਿਲੀ ਹੈ। ਹੁਣ ਸਾਨੂੰ ਪਤਾ ਹੈ ਕਿ ਜਦ ਮਨ ਨੂੰ ਤਾਂ ਆਪਣੇ ਘਾਟੇ ਦਾ, ਆਪਣੀ ਕਮਜ਼ੋਰੀ ਦਾ ਪਤਾ ਲੱਗ ਜਾਵੇ ਤਾਂ ਮਨ ਪਛਤਾਪ ਵੀ ਕਰਦਾ ਹੈ। ਉਸ ਵੇਲੇ ਰਾਜਾ ਪੀਪਾ ਬੜਾ ਹੀ ਦੌੜਿਆ ਆਇਆ ਔਰ ਲੋਕ ਲਾਜ ਨੂੰ ਸਭ ਪਾਸੇ ਨੂੰ ਬੜਾ ਬੁਰਾ ਭਲਾ ਕਹਿੰਦਾ ਆਇਆ ਔਰ ਮਹਾਤਮਾ ਰਵਿਦਾਸ ਦੇ ਪਾਸ ਆ ਕੇ ਕਹਿਣ ਲੱਗਿਆ, ਮਹਾਰਾਜ ਜੀ, ਭੁੱਲ ਹੋ ਗਈ, ਮੈਨੂੰ ਹੁਣ ਤੁਸੀਂ ਉਹ ਦਾਤ ਦਿਓ। ਮਹਾਤਮਾ ਕਹਿਣ ਲੱਗੇ, ਦੇਖ ਬਈ, ਉਹ ਤਾਂ ਵਕਤ ਸੀ ਤੈਨੂੰ ਰੂਹਾਨੀਅਤ ਦੇਣ ਦਾ, ਉਹ ਤਾਂ ਬਗੈਰ ਹੀ ਕਮਾਈ ਤੋਂ ਤੈਨੂੰ ਮਿਲ ਰਹੀ ਸੀਗੀ, ਹੁਣ ਤੈਨੂੰ ਅਸੀਂ ਨਾਮ ਦੇ ਦਿੰਦੇ ਹੈ, ਤੂੰ ਇਸ ਦੀ ਕਮਾਈ ਕਰੀ। ਲੇਕਿਨ ਸਾਨੂੰ ਪਤਾ ਹੀ ਹੈ ਕਿ ਅਗਰ ਜੌਹਰੀ ਨੂੰ ਲਾਲ ਮਿਲ ਜਾਵੇ ਉਹ ਉਸਨੂੰ ਸਿਰ ਤੇ ਟਪਾ ਲੈਂਦਾ ਹੈ, ਜੌਹਰੀ ਨੂੰ ਕਦਰ ਹੁੰਦੀ ਹੈ। ਅਗਰ ਕੁਮਾਰ ਨੂੰ ਮਿਲ ਜਾਂਦਾ ਹੈ ਉਸ ਨੂੰ ਲਾਲ ਦੀ ਕਦਰ ਨਹੀਂ ਹੁੰਦੀ, ਉਹ ਗਧੇ ਦੇ ਖੋਤੇ ਦੇ ਗਲ ਵਿੱਚ ਪਾ ਦਿੰਦਾ ਹੈ। ਇਸੇ ਤਰ੍ਹਾਂ ਰਾਜਾ ਪੀਪਾ ਅੱਛੀ ਆਤਮਾ ਸੀ, ਪਵਿੱਤਰ ਆਤਮਾ ਸੀ, ਉਸਨੇ ਉਸ ਨਾਮ ਨੂੰ, ਉਸ ਦਵਾਈ ਨੂੰ ਲੈ ਕੇ ਆਲੇ ਵਿੱਚ ਨਹੀਂ ਰੱਖ ਦਿੱਤਾ ਸੀਗਾ ਔਰ ਉਸਦੀ ਬੜੀ ਕਮਾਈ ਕੀਤੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਸ ਰਾਜੇ ਪੀਪੇ ਦਾ ਸ਼ਬਦ ਵੀ ਆਉਂਦਾ ਹੈ। ਸੋ ਇਸ ਤਰ੍ਹਾਂ ਜਿਸ ਤਰ੍ਹਾਂ ਧੋਬੀ ਦੀ ਲੜਕੀ ਤੇ ਦਇਆ ਕੀਤੀ ਸੀ, ਇਸੇ ਤਰ੍ਹਾਂ ਉਸ ਪ੍ਰਭੂ ਕਿਰਪਾਲ ਨੇ ਇਸ ਗਰੀਬ ਆਤਮਾ ਤੇ ਦਇਆ ਕੀਤੀ ਸੀਗੀ। ਸੋ ਉਸਦਾ ਕੀ ਧੰਨਵਾਦ ਕਰੀਏ? ਧੰਨਵਾਦ ਤਾਂ ਅਸੀਂ ਅੰਦਰ ਹੀ ਜਾ ਕੇ ਕਰ ਸਕਦੇ ਹਾਂ। ਸੋ ਮੈਂ ਦੱਸਦਾ ਹੁੰਦਾ ਹੈ ਕਿ ਜਿਸ ਤਰ੍ਹਾਂ ਖੁਸ਼ਕ ਬਰੂਦ ਨੂੰ ਆਪਾਂ ਅਗਨੀ ਦੇ ਨੇੜੇ ਕਰੀਏ, ਉਹ ਬੜੀ ਹੀ ਜਲਦੀ ਅਗਨੀ ਪਕੜ ਲੈਂਦਾ ਹੈ। ਗਿੱਲਾ ਬਰੂਦ ਜਿਹੜਾ ਹੈ, ਪਹਿਲਾਂ ਉਸ ਨੂੰ ਖੁਸ਼ਕੀ ਖੁਸ਼ ਕਰਨਾ ਪੈਂਦਾ ਹੈ, ਫਿਰ ਜਾ ਕੇ ਅਗਨੀ ਲੱਗਦੀ ਹੈ। ਇਸੇ ਤਰ੍ਹਾਂ ਜਿਹੜੀਆਂ ਅੱਛੀਆਂ ਆਤਮਾ ਹੁੰਦੀਆਂ ਹਨ, ਪਵਿੱਤਰ ਆਤਮਾ ਹੁੰਦੀਆਂ ਹਨ, ਉਹਨਾਂ ਦਾ ਵੀ ਸੰਤਾਂ ਦੇ ਪਾਸ, ਗੁਰੂਆਂ ਦੇ ਪਾਸ ਜਾਣਾ ਇਸੇ ਤਰ੍ਹਾਂ ਹੀ ਹੁੰਦਾ ਹੈ ਕਿ ਜਦ ਉਹਨਾਂ ਦੇ ਸੰਪਰਕ ਵਿੱਚ ਜਾਂਦੇ ਹੈ, ਜੋ ਕੁਛ ਉਹ ਦੱਸਦੇ ਹੈ ਔਰ ਉਸ ਨੂੰ ਉਹ ਕਰ ਲੈਂਦੇ ਹੈ। ਸੋ ਇਸ ਵਾਸਤੇ ਸਭ ਸੰਤ ਮਹਾਤਮਾ ਸਾਨੂੰ ਦੱਸਦੇ ਆਏ ਹੈ ਕਿ ਕਿਤ ਮੁਖ ਗੁਰ ਸਲਾਹੀਏ, ਗੁਰੂ ਕਰਨ ਕਾਰਨ ਸਮਰੱਥ, ਕਿਹੜੇ ਮੂੰਹ ਦੇ ਨਾਲ ਅਸੀਂ ਗੁਰੂ ਦੀ ਮਹਿਮਾ ਬਿਆਨ ਕਰੀਏ, ਉਹ ਸਭ ਕੁਛ ਕਰਨ ਕਾਰਨ ਹੈ। ਸੋ ਉਹਦੀ ਮਹਿਮਾ ਅਸੀਂ ਅੰਦਰ ਜਾ ਕੇ ਹੀ ਕਰ ਸਕਦੇ ਹਾਂ। ਸੋ ਤੁਹਾਡੇ ਅੱਗੇ ਗੁਰੂ ਰਾਮਦਾਸ ਜੀ ਮਹਾਰਾਜ ਦਾ ਛੋਟਾ ਜਿਹਾ ਸ਼ਬਦ ਰੱਖਿਆ ਜਾਂਦਾ ਹੈ, ਜਿਸ ਨੇ ਕਿਸੇ ਦਰਖਤ ਦਾ ਫਲ ਖਾਧਾ ਹੁੰਦਾ ਹੈ ਉਸ ਨੂੰ ਉਸ ਦਰਖਤ ਦੇ ਗੁਣਾਂ ਦਾ ਪਤਾ ਹੁੰਦਾ ਹੈ ਕਿ ਇਹ ਦਰਖਤ ਦੇ ਅੰਦਰ ਕੀ ਚੰਗਿਆਈ ਹੈ। ਸੋ ਨਾਮ ਦੀ ਤਾਕਤ ਦਾ, ਨਾਮ ਦੇ ਫਾਇਦਿਆਂ ਦਾ ਮਹਾਤਮਾ ਨੂੰ ਪਤਾ ਹੁੰਦਾ ਹੈ। ਮਹਾਤਮਾ ਸਤਸੰਗ ਦੇ ਜ਼ਰੀਏ ਹੀ ਸਾਨੂੰ ਉਸ ਨਾਮ ਦੇ ਫਾਇਦੇ ਦੱਸਦੇ ਹੈ ਔਰ ਨਾਮ ਦੇ ਨਾਲ ਸਾਨੂੰ ਜੋੜਨ ਦਾ ਜ਼ਿਕਰ ਕਰਦੇ ਹੈ ਕਿ ਕਿਸ ਤਰ੍ਹਾਂ ਉਸ ਨਾਮ ਦੇ ਨਾਲ ਜੁੜਨਾ ਹੈ। ਸੋ ਸਭ ਸੰਤ ਮਹਾਤਮਾ ਸਾਨੂੰ ਪਿਆਰ ਨਾਲ ਦੱਸਦੇ ਹੈ ਕਿ ਉਹ ਪ੍ਰਭੂ ਦੀ ਜਿਹੜੀ ਭਗਤੀ ਹੈ ਉਹੀ ਅਮੋਲਕ ਹੈ, ਉਹਨੂੰ ਨਾਮ ਕਹਿ ਲਓ ਉਹੀ ਅਮੋਲਕ ਹੈ,
ਔਰ ਉਹ ਸੱਚਾ ਸੁੱਖ ਸੱਚੀ ਇੱਜ਼ਤ ਦੀ ਦਾਤਾ ਹੈ। ਕਾਮ ਕ੍ਰੋਧ ਲੋਹ ਮੋਹ ਹੰਕਾਰ ਵੀ ਉਹ ਨਾਸਕ ਹੈ। ਔਰ ਇਹ ਧਨ ਨੂੰ, ਭਗਤੀ ਦੇ ਧਨ ਨੂੰ, ਨਾਮ ਦੇ ਧਨ ਨੂੰ ਅਸੀਂ ਆਪਣੇ ਆਪ ਪ੍ਰਾਪਤ ਨਹੀਂ ਕਰ ਸਕਦੇ, ਪਾ ਨਹੀਂ ਸਕਦੇ, ਜਦ ਤੱਕ ਕਿ ਅਸੀਂ ਨਾਮ ਰੂਪ ਸੰਤਾਂ ਦੇ ਪਾਸ ਜਾ ਕੇ ਨਹੀਂ ਪਹੁੰਚਦੇਗੇ। ਔਰ ਪ੍ਰਭੂ ਦੇ ਪਿਆਰੇ ਜੋ ਭਗਤ ਹੁੰਦੇ ਹੈ ਉਹ ਪ੍ਰਭੂ ਤੋਂ ਵੱਧ ਕੇ ਹੁੰਦੇ ਹੈ, ਕਿਉਂਕਿ ਉਹਨਾਂ ਨੇ ਪਿਆਰ ਨਾਲ ਉਸ ਪ੍ਰਭੂ ਨੂੰ ਆਪਣੇ ਉੱਪਰ ਖੁਸ਼ ਕੀਤਾ ਹੁੰਦਾ ਹੈ, ਆਪਣੇ ਪਿਆਰ ਦੀਆਂ ਸੰਗਲੀਆਂ ਨਾਲ ਉਸ ਪਰਮਾਤਮਾ ਨੂੰ ਜਕੜਿਆ ਹੋਇਆ ਹੁੰਦਾ ਹੈ। ਨਾਮਦੇਵ ਜੀ ਮਹਾਰਾਜ ਕਹਿੰਦੇ ਹੈ, ਮੇਰੀ ਬੱਧੀ ਭਗਤ ਛਦਾਵਾ। ਆਪ ਕਹਿਣ ਲੱਗੇ ਕਿ ਜੇ ਮੈਂ ਬੰਨ ਦੇਵਾਂ ਤਾਂ ਭਗਤ ਛਡਾ ਸਕਦਾ ਹੈ, ਕਿਉਂਕਿ ਸੰਤ ਮਹਾਤਮਾ ਉਸ ਪ੍ਰਭੂ ਦੇ ਸ਼ਰੀਕ ਨਹੀਂ ਹੁੰਦੇ ਗੇ, ਉਸਦੇ ਪਿਆਰੇ ਬੱਚੇ ਹੁੰਦੇ ਆ। ਪਿਆਰਾ ਬੱਚਾ ਪਿਤਾ ਤਾਂ ਜੋ ਚਾਹੇ ਕਰਾ ਸਕਦਾ ਹੈ, ਲੇਕਿਨ ਐਸੀ ਗੱਲ ਨਹੀਂ ਹੁੰਦੀ ਗੀ ਜੋ ਅਸੀਂ ਲੋਕ ਸੰਤ ਮਤ ਨੂੰ ਸਮਝਦੇ ਨਹੀਂ ਹੁੰਦੇ ਗੇ। ਆਮ ਤੌਰ ਦੇ ਉੱਤੇ ਅਸੀਂ ਸੰਤਾਂ ਮਹਾਤਮਾ ਦੀ ਸੰਗਤ ਸੋਭਤ ਦੇ ਵਿੱਚ ਤਾਂ ਚਲੇ ਜਾਂਦੇ ਹਾਂ, ਲੇਕਿਨ ਅਸੀਂ ਮਹਾਤਮਾ ਦੇ ਰਿਸ਼ਤੇ ਨੂੰ ਨਹੀਂ ਅਸੀਂ ਸਮਝਦੇ ਗੇ। ਮਹਾਤਮਾ ਦਾ ਰਿਸ਼ਤਾ ਜੋ ਹੁੰਦਾ ਹੈ ਉਹ ਰੂਹਾਨੀਅਤ ਦਾ ਹੁੰਦਾ ਹੈ। ਮਹਾਤਮਾ ਸਾਡੀ ਗ੍ਰਿਸ਼ਤ ਦੇ ਅੰਦਰ ਕਦੇ ਵੀ ਕੋਈ ਦਖਲ ਨਹੀਂ ਦਿੰਦੇ ਗੇ। ਕੋਈ ਵੀ ਜਿਸ ਜਾਮੇ ਵਿੱਚ ਪੈਦਾ ਹੋਇਆ ਉਸ ਦੇ ਅੰਦਰ ਹੀ ਉਹ ਕਹਿੰਦੇ ਆ, ਦੇਖ ਪਿਆਰਿਆ ਉਸ ਦੇ ਨਿਯਮ ਪੈਦਾ ਤੂੰ ਪੂਰੇ ਕਰ ਔਰ ਨਾਮ ਦੀ ਭਗਤੀ ਕਰ। ਸੋ ਸੰਤ ਮਹਾਤਮਾ ਦਾ ਇਹ ਰਿਸ਼ਤਾ ਨਹੀਂ ਹੁੰਦਾ ਗਾ ਕਿ ਅਸੀਂ ਬਿਮਾਰ ਹੈ, ਮਹਾਤਮਾ ਮੋਜੇ ਦਿਖਾਉਣ, ਜਾਂ ਸਾਡਾ ਕੋਈ ਕਾਰੋਬਾਰ ਦੇ ਅੰਦਰ ਕੋਈ ਕਮੀ ਆਈ ਹੋਈ ਹੈ, ਅਸੀਂ ਦਿਨ ਰਾਤ ਅਰਦਾਸਾਂ ਕਰਨ ਲੱਗ ਜਾਈਏ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ, ਸੰਤਾਂ ਦੇ ਨਾਲ ਮਿਲਾਪ ਕਰਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਮਹਾਤਮਾ ਸਾਨੂੰ ਦੱਸਦੇ ਹੈ, ਮਹਾਰਾਜ ਸਾਵਣ ਸਿੰਘ ਦੀ ਮੈਂ ਆਮ ਮਿਸਾਲ ਦਿੰਦਾ ਹੁੰਦਾ ਹੈ, ਉਹ ਕਹਿੰਦੇ ਹੁੰਦੇ ਦੁੱਖ ਸੁੱਖ ਗਰੀਬੀ ਅਮੀਰੀ ਬਿਮਾਰੀ ਤੰਦਰੁਸਤੀ, ਇਹ 6 ਚੀਜ਼ਾਂ ਹਰ ਵਿਅਕਤੀ ਮੱਥੇ ਦੇ ਵਿੱਚ ਲਿਖਾ ਕੇ ਲਿਆਉਂਦਾ ਹੈ। ਪਹਿਲਾਂ ਸਾਡੀ ਪਰਾਲਬਤ ਬਣਦੀ ਹੈ, ਫਿਰ ਸਾਡਾ ਸਰੀਰ ਬਣਦਾ ਹੈ। ਤੁਲਸੀ ਸਾਹਿਬ ਕਹਿੰਦੇ ਹੈ, ਪਹਿਲੇ ਬਣੀ ਪਰਾਲਬਤ ਪਿੱਛੇ ਬਣਿਆ ਸਰੀਰ, ਤੁਲਸੀ ਦਾਸਾ ਖੇਲ ਅਚਰਜ ਹੈ ਮਨ ਨਹੀਂ ਬਣਦਾ ਧੀਰ। ਲੇਕਿਨ ਮਨ ਸਾਨੂੰ ਫੇਰ ਕਰਾਹੇ ਪਾ ਦਿੰਦਾ ਹੈ। ਮਹਾਤਮਾ ਦੀ ਸੋਭਤ ਦੇ ਵਿੱਚ ਆ ਕੇ ਅਸੀਂ ਨਾਮ ਦੀ ਕਮਾਈ ਕਰਨੀ ਸੀ, ਜਿੱਥੇ ਹੀਰੇ ਹੈ ਸਾਨੂੰ ਉੱਥੇ ਹੀਰੇ ਹੀ ਮੰਗਣੇ ਚਾਹੀਦੇ ਹੈ, ਨਾਮ ਹੀ ਹੀਰਾ ਹੈ। ਅਗਰ ਅਸੀਂ ਉਸ ਦੁਕਾਨ ਦੇ ਉੱਤੇ ਜਿੱਥੇ ਹੀਰੇ ਵਿਕਦੇ ਹੈ ਉੱਥੇ ਜਾ ਕੇ ਅਸੀਂ ਕੋਲੇ ਮੰਗੀਏ, ਬੇਸ਼ੱਕ ਅਸੀਂ ਜਿੰਨੀਆਂ ਮਰਜ਼ੀ ਅਰਦਾਸਾਂ ਕਰੀਏ, ਬੁਰਾ ਭਲਾ ਕਹੀਏ, ਜਦ ਉਹਦੀ ਦੁਕਾਨ ਦੇ ਅੰਦਰ ਸੌਦਾ ਹੀ ਨਹੀਂ ਗਾ ਕੋਲਿਆਂ ਦਾ, ਉਹ ਕਿੱਥੋਂ ਦੇ ਦੇਵੇਗਾ। ਸੋ ਇਸੇ ਤਰ੍ਹਾਂ ਮਹਾਤਮਾ ਦੀ ਦੁਕਾਨ ਦੇ ਉੱਤੇ ਤਾਂ ਨਾਮ ਹੁੰਦਾ ਹੈ, ਨਾਮ ਦਾ ਸੌਦਾ ਹੁੰਦਾ ਹੈ। ਸੋ ਆਪ ਪਿਆਰ ਨਾਲ ਸਾਨੂੰ ਦੱਸਦੇ ਹੈ, ਗੁਰੂ ਸਾਹਿਬ ਦੀ ਬਾਣੀ ਸੁਣਨ ਵਾਲੀ ਹੈ, ਵਿਚਾਰਨ ਵਾਲੀ ਹੈ। ਮਹਾਤਮਾ ਦੀ ਬਾਣੀ ਜਿਹੜੀ ਹੈ ਉਹ ਬੜੀ ਹੀ ਉੱਤਮ ਹੁੰਦੀ ਹੈ। ਸੰਤ ਮਹਾਤਮਾ ਦਾ ਮਿਸ਼ਨ ਕਿਸੇ ਬਾਣੀ ਦੇ ਜਾਂ ਕਿਸੇ ਗ੍ਰੰਥ ਦੇ ਜ਼ਰੀਏ ਜਾਂ ਆਸਰੇ ਨਹੀਂ ਚੱਲਦਾ ਹੁੰਦਾ ਗਾ। ਸੰਤ ਮਹਾਤਮਾ ਤਾਂ ਸਿਰਫ ਗ੍ਰੰਥਾਂ ਪੁਸਤਕਾਂ ਦੀ ਮਿਸਾਲ ਦੇ ਕੇ ਸਾਨੂੰ ਸਮਝਾਉਂਦੇ ਹੈ ਕਿ ਅਸੀਂ ਕੋਈ ਤੁਹਾਡੇ ਅੱਗੇ ਨਵਾਂ ਸ਼ਬਦ ਨਾਮ ਦਾ ਮਿਸ਼ਨ ਲੈ ਕੇ ਨਹੀਂ ਆਏਗੇ, ਤੁਹਾਨੂੰ ਕੋਈ ਅਸੀਂ ਨਵੀਂ ਬਾਤ ਨਹੀਂ ਦੱਸ ਰਹੇਗੇ। ਇਹ ਜੋ ਕੁਛ ਵੀ ਅਸੀਂ ਤੁਹਾਨੂੰ ਦੱਸਦੇ ਹਾਂ, ਸਾਥੋਂ ਪਹਿਲਾਂ ਵੀ ਜਿਤਨੇ ਸੰਤ ਮਹਾਤਮਾ ਆਏ ਹੈ ਤੇ ਕਿਸੇ ਜਾਤੀ ਵਿੱਚ ਆਏ ਹੈ, ਸਭ ਨੇ ਸ਼ਬਦ ਨਾਮ ਦਾ ਹੋਕਾ ਦਿੱਤਾ ਹੈ। ਔਰ ਉਹ ਨਾਮ ਜਿਹੜਾ ਹੈ ਉਹ ਅਮੋਲਕ ਹੈ, ਉਹ ਨਾਮ ਨਾ ਤਾਂ ਮੁੱਲ ਨੂੰ ਮਿਲਦਾ ਹੈ ਔਰ ਨਾ ਉਸਨੂੰ ਚੋਰ ਚਰਾ ਸਕਦਾ ਹੈ, ਨਾ ਉਸਨੂੰ ਅਗਨੀ ਸਾੜ ਸਕਦੀ ਹੈ, ਨਾ ਉਹ ਨਾਮ ਜਿਹੜਾ ਹੈ ਹਿੰਦੀ 'ਚ ਲਿਖਿਆ ਜਾਂਦਾ ਹੈ, ਨਾ ਉਹ ਪੰਜਾਬੀ 'ਚ ਲਿਖਿਆ ਜਾਂਦਾ ਹੈ, ਨਾ ਉਹ ਸੰਸਕ੍ਰਿਤ ਦੇ ਵਿੱਚ ਲਿਖਿਆ ਜਾਂਦਾ ਹੈ। ਉਹ ਤਾਂ ਨਾਮ ਜਿਹੜਾ ਹੈ ਬਿਨਾਂ ਲਿਖਿਆ ਕਾਨੂੰਨ ਹੈ, ਬਿਨਾਂ ਬੋਲੀ ਭਾਸ਼ਾ ਹੈ। ਸੋ ਸੰਤ ਮਹਾਤਮਾ ਉਸ ਨਾਮ ਨੂੰ ਜੀਵਾਂ ਦੇ ਅੰਦਰ ਟਿਕਾਉਣ ਵਾਸਤੇ ਆਉਂਦੇ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ, ਗੁਰੂ ਕਾ ਸ਼ਬਦ ਗੁਰ ਥਾ ਟਿਕੈ, ਹੋਰ ਥਾ ਪ੍ਰਗਟ ਨਾ ਹੋਏ।
ਆਪ ਕਹਿਣ ਲੱਗੇ ਹੋਰ ਕਿਸੇ ਨੂੰ ਤਾਕਤ ਹੀ ਨਹੀਂ ਕਿ ਉਸ ਨਾਮ ਨੂੰ ਸਾਡੇ ਅੰਦਰ ਪ੍ਰਗਟ ਕਰ ਦੇਵੇ ਜਾਂ ਉਸ ਨਾਮ ਨੂੰ ਸਾਡੇ ਅੰਦਰ ਰੋਸ਼ਨ ਕਰ ਦੇਵੇ। ਸੋ ਇਸ ਵਾਸਤੇ ਪੜ੍ਹਿਆ ਪੜ੍ਹਾ ਸਕਦਾ ਹੈ ਔਰ ਪਹਿਲਵਾਨ ਹੀ ਪਹਿਲਵਾਨੀ ਸਿਖਾ ਸਕਦਾ ਹੈ। ਜੋ ਨਾਮ ਰੂਪ ਮਹਾਤਮਾ ਹੁੰਦੇ ਹੈ ਕੋਈ ਉਸ ਨਾਮ ਦਾ ਪ੍ਰਚਾਰ ਕਰਦੇ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਅਗਰ ਨਾਮ ਲਫਜ ਹੁੰਦਾ ਤਾਂ ਕੀ ਲੋੜ ਸੀਗੀ ਗੁਰੂ ਅਮਰ ਦੇਵ ਜੀ ਮਹਾਰਾਜ ਨੂੰ ਇਤਨੀ ਵੱਡੀ ਕਠਿਨ ਤਪੱਸਿਆ ਕਰਨ ਦੀ। ਜਾ ਕੇ ਬੁੱਢੇ ਬਾਰੇ 12 ਸਾਲ ਉਹਨਾਂ ਨੇ ਪਾਣੀ ਧੋਇਆ, ਬੜੀ ਲੰਗਰ ਦੀ ਸੇਵਾ ਕੀਤੀ। ਕਿਸੇ ਤੋਂ ਉਹ ਲਫਜ ਪੁੱਛ ਸਕਦੇ ਸੀਗੇ, ਉਹ ਕਹਿੰਦੇ ਚਰਖਾ ਕੱਤਣ ਵਾਲੀ ਲੜਕੀ ਵੀ ਦੱਸ ਸਕਦੀ ਸੀ ਅਗਰ ਲਫਜ ਹੁੰਦਾ, ਲੇਕਿਨ ਨਾਮ ਲਫਜ ਨਹੀਂ, ਨਾਮ ਤਾਂ ਇੱਕ ਤਾਕਤ ਹੈ। ਸੋ ਇਸ ਵਾਸਤੇ ਉਹ ਸਭ ਦੇ ਅੰਦਰ ਅੰਦਰ ਹੈ, ਜਿੱਥੇ ਨਾ ਕੌਮ ਦਾ ਸਵਾਲ ਹੈ, ਨਾ ਮਜ਼ਹਬ ਦਾ ਸਵਾਲ ਹੈ, ਨਾ ਔਰਤ ਦਾ ਸਵਾਲ ਹੈ, ਨਾ ਉੱਥੇ ਕਿਸੇ ਬੁੱਢੇ ਦਾ ਸਵਾਲ ਹੈ, ਨਾ ਬੱਚੇ ਦਾ ਸਵਾਲ ਹੈ। ਸੋ ਇਸ ਵਾਸਤੇ ਜੋ ਵੀ ਖੁਸ਼ਕਿਸਮਤ ਨਾਮ ਰੂਪ ਮਹਾਤਮਾ ਨੂੰ ਮਿਲਦਾ ਹੈ ਉਹ ਉਸ ਨੂੰ ਨਾਮ ਦੇ ਰਸਤੇ ਤੇ ਪਾ ਦਿੰਦੇ ਹੈ। ਸੋ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦਾ ਸ਼ਬਦ ਸੁਣਨ ਵਾਲਾ ਹੈ, ਤੁਹਾਡੇ ਅੱਗੇ ਛੋਟਾ ਜਿਹਾ ਸ਼ਬਦ ਰੱਖਿਆ ਜਾਂਦਾ ਹੈ ਜੀ। ਸ੍ਰੀ ਰਾਗ ਮਹਲਾ ਚੌਥਾ ਪੰਨਾ 40। ਨਾਮ ਮਿਲੇ ਮਨ ਤ੍ਰਿਪਤੀਏ, ਬਿਨ ਨਾਮੇ ਤ੍ਰਿਗ ਜੀਵਾਸ। ਨਾਮ ਮਿਲੇ ਮਨ ਤ੍ਰਿਪਤੀਏ, ਬਿਨ ਨਾਮੇ ਤ੍ਰਿਗ ਜੀਵਾਸ। ਮੈਂ ਉੱਪਰ ਰਾਜੇ ਪੀਪੇ ਦੀ ਤੁਹਾਨੂੰ ਕਹਾਣੀ ਸੁਣਾਈ ਸੀਗੀ। ਉਹ ਰਾਜਾ ਸੀਗਾ, ਅਗਰ ਉਹਨੂੰ ਸ਼ਾਂਤੀ ਹੁੰਦੀ, ਤ੍ਰਿਪਤੀ ਹੁੰਦੀ ਤਾਂ ਉਹ ਰਵਿਦਾਸ ਦੇ ਘਰੇ ਕਿਉਂ ਜਾਂਦਾ, ਰੋਗੀਆਂ ਦੀ ਲੜਕੀ ਦੇ ਅੱਗੇ ਆਜਿਜ ਕਿਉਂ ਜਾ ਕੇ ਹੁੰਦਾ। ਸੋ ਇਹ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਹੈ, ਪ੍ਰਭੂ ਅੱਗੇ ਫਰਿਆਦ ਕਰਦੇ ਆ, ਅਰਦਾਸ ਕਰਦੇ ਹੈ ਕਿ ਪ੍ਰਭੂ ਸ਼ਾਂਤੀ ਨਾਮ ਵਿੱਚ ਹੈ, ਤ੍ਰਿਪਤੀ ਨਾਮ ਵਿੱਚ ਹੈ, ਤੂੰ ਸਾਨੂੰ ਆਪਣਾ ਨਾਮ ਸ਼ਬਦ ਦਾ ਦਾਨ ਬਖਸ਼ ਜੀ। ਨਾਮ ਮਿਲੇ ਮਨ ਤ੍ਰਿਪਤੀਏ, ਬਿਨ ਨਾਮੇ ਤ੍ਰਿਗ ਜੀਵਾਸ। ਨਾਮ ਤੋਂ ਬਗੈਰ ਜਿਤਨਾ ਵੀ ਪਹਿਨਣਾ ਹੈ, ਖਾਣਾ ਹੈ ਔਰ ਜਿਤਨੇ ਅਸੀਂ ਸਾਸ ਲੈਂਦੇ ਹੈ ਉਹ ਤ੍ਰਿਗ ਹੈ, ਉਹ ਕਿਸੇ ਲੇਖੇ ਵਿੱਚ ਵੀ ਨਹੀਂ ਜੀ। ਨਾਮ ਮਿਲੇ ਮਨ ਤ੍ਰਿਪਤੀਏ, ਬਿਨ ਨਾਮੇ ਤ੍ਰਿਗ ਜੀਵਾਸ। ਕੋਈ ਗੁਰਮੁਖ ਸੱਜਣ ਜੀ ਮਿਲੇ, ਮੈਂ ਦੱਸੇ ਪ੍ਰਭ ਗੁਣ ਤਾਸ। ਹੁਣ ਆਪ ਪਿਆਰ ਨਾਲ ਕਹਿੰਦੇ ਹੈ ਕਿ ਕੋਈ ਗੁਰਮੁਖ ਸੱਜਣ ਸਾਧੂ ਮਿਲ ਜਾਵੇ, ਮੈਨੂੰ ਉਹ ਨਾਮ ਦੇ ਮੁਤਾਲਕ ਸਮਝਾਵੇ, ਨਾਮ ਦੇ ਫਾਇਦੇ ਦੱਸੇ ਕਿ ਕਿਸ ਤਰ੍ਹਾਂ ਉਸ ਨਾਮ ਨੂੰ ਪ੍ਰਾਪਤ ਕਰਨਾ ਹੈ, ਕਿਸ ਤਰ੍ਹਾਂ ਉਸ ਨਾਮ ਦੇ ਨਾਲ ਜੁੜਨਾ ਹੈ। ਕਿਉਂਕਿ ਜਦ ਤੱਕ ਅਸੀਂ ਨਾਮ ਦੇ ਨਾਲ ਜੁੜੀਏ ਨਾ, ਸਾਨੂੰ ਕੀ ਪਤਾ ਹੈ ਕਿ ਨਾਮ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ। ਰੋਟੀ ਰੋਟੀ ਕਰਨੀ ਪੇਟ ਨਹੀਂ ਭਰਦਾ ਗਾ, ਕੌਂਡ ਕੌਂਡ ਕਰਨਾ ਬੰਦਾ ਸ਼ਾਹੂਕਾਰ ਨਹੀਂ ਹੁੰਦਾ ਗਾ, ਇਸੇ ਤਰ੍ਹਾਂ ਮਿਸ਼ਰੀ ਮਿਸ਼ਰੀ ਕਰਨ ਦੇ ਨਾਲ ਮੂੰਹ ਮਿੱਠਾ ਨਹੀਂ ਹੁੰਦਾ ਗਾ। ਆਪ ਕਹਿਣ ਲੱਗੇ ਕਿ ਮਿਸ਼ਰੀ ਦਾ ਲਫ਼ਜ਼ ਕੋਈ ਹੋਰ ਚੀਜ਼ ਹੈ, ਮਿਸ਼ਰੀ ਹੋਰ ਚੀਜ਼ ਹੈ, ਖਾਣਾ ਰੋਟੀ ਹੋਰ ਚੀਜ਼ ਹੈ, ਰੋਟੀ ਦਾ ਲਫ਼ਜ਼ ਕੋਈ ਹੋਰ ਚੀਜ਼ ਹੈ।
ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਹੈ, ਬਿਨ ਦੇਖੇ ਬਿਨ ਅਰਸ ਪਰਸ ਕੇ ਨਾਮ ਲੀਏ ਕਿਆ ਹੋਏ, ਧਨ ਦੇ ਕਹੇ ਧਨੀ ਜੇ ਹੋਏ, ਨਿਰਧਨ ਰਹੇ ਨਾ ਕੋਏ। ਆਪ ਕਹਿਣ ਲੱਗੇ ਜਿਹਨੂੰ ਕਿਸੇ ਅਸੀਂ ਦੇਖਿਆ ਹੀ ਨਹੀਂ ਗਾ, ਉਸ ਦਾ ਅਸੀਂ ਨਾਮ ਲਈਏ ਕਿਸ ਤਰ੍ਹਾਂ ਅਸੀਂ ਫਾਇਦਾ ਉਠਾ ਸਕਦੇ ਹਾਂ। ਮਹਾਰਾਜ ਜੀ ਦੱਸਦੇ ਹੁੰਦੇ ਸੀਗੇ, ਕੋਈ ਜੱਜ ਅਗਰ ਕਿਸੇ ਜਗ੍ਹਾ ਚਲਿਆ ਜਾਂਦਾ ਹੈ, ਛੁੱਟੀ ਵਗੈਰਾ ਚਲਿਆ ਜਾਂਦਾ ਹੈ, ਆਪਣੀ ਸੀਟ ਦੇ ਉੱਤੇ ਆਪਣੀ ਕੁਰਸੀ ਦੇ ਉੱਤੇ ਅਗਰ ਆਪਣੀ ਉਹ ਪਿੱਛੇ ਰੱਖ ਜਾਂਦਾ ਹੈ, ਬੇਸ਼ੱਕ ਕੋਈ ਫੈਸਲਾ ਕਰਾਉਣ ਵਾਲਾ ਮਿਸਲ ਦਾ ਜਿੰਨੀਆਂ ਮਰਜ਼ੀ ਉੱਥੇ ਜਾ ਕੇ ਝੂਠਾਂ ਦਿਖਾਏ, ਜਿੰਨਾ ਮਰਜ਼ੀ ਉੱਥੇ ਬੇਨਤੀਆਂ ਕਰੇ, ਉਸ ਪਿਕਚਰ ਨੇ ਉਸਦਾ ਆ ਕੇ ਨਿਆਂ ਨਹੀਂ ਕਰਨਾ ਗਾ ਜਦ ਤੱਕ ਉਹ ਜੱਜ ਉਸ ਜਗ੍ਹਾ ਤੇ ਆ ਕੇ ਨਹੀਂ ਬੈਠਦਾ ਗਾ। ਇਸੇ ਤਰ੍ਹਾਂ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਕਿ ਜਦ ਤੱਕ ਅਸੀਂ ਕਿਸੇ ਜੀਵਤ ਮਹਾਂਪੁਰਸ਼ ਦੇ ਚਰਨਾਂ ਵਿੱਚ ਜਾ ਕੇ ਉਸ ਨਾਮ ਨੂੰ ਸ਼ਬਦ ਨੂੰ ਪ੍ਰਾਪਤ ਨਹੀਂ ਕਰਦੇ ਗਏ, ਅਸੀਂ ਜਿਤਨਾ ਮਰਜ਼ੀ ਧੂਪ ਦਿਖਾਉਂਦੇ ਰਹੀਏ, ਜਿਤਨਾ ਵੀ ਮਰਜ਼ੀ ਅਸੀਂ ਕਰਮ ਕਾਂਡ ਕਰਦੇ ਰਹੀਏ, ਉਹ ਸਾਡਾ ਕਿਸੇ ਲੇਖੇ ਵਿੱਚ ਨਹੀਂ ਹੁੰਦਾ ਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਹੈ, ਕਰਮ ਧਰਮ ਪਾਖੰਡ ਜੋ ਦੀਸੇ ਤਿਸ ਜਮ ਜੋ ਗਾਤੀ ਲੂਟੈ, ਨਿਰਵਾਣ ਕੀਰਤਨ ਗਾਓ ਹਰ ਕਰਤੇ ਕਾ ਨਿਮਖ ਸਿਮਰਨ ਜਿਤ ਛੂਟੈ, ਸੰਤੋ ਸਾਗਰ ਪਾਰ ਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ, ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਲਮੇ ਮੈਲ ਭਰੀਜੈ, ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ। ਸੋ ਆ ਪਿਆਰ ਨਾਲ ਕਹਿੰਦੇ ਹੈ ਕਿ ਜਿਤਨਾ ਵੀ ਅਸੀਂ ਕਰਮ ਧਰਮ ਕਰਦੇ ਹਾਂ, ਇਹ ਨਹੀਂ ਮਹਾਤਮਾ ਕਹਿੰਦੇ ਕਿ ਇਹਦਾ ਕੋਈ ਫਾਇਦਾ ਨਹੀਂ ਹੁੰਦਾ ਗਾ। ਲੇਕਿਨ ਕੀ ਫਾਇਦਾ ਹੁੰਦਾ ਹੈ ਕਿ ਹੁਣ ਅਸੀਂ ਜੋ ਚੀਜ਼ ਕਰਦੇ ਹਾਂ ਉਹਦੀ ਅਸੀਂ ਆਸ਼ਾ ਰੱਖਦੇ ਹਾਂ, 1 ਰੁਪਿਆ ਦਾਨ ਕਰਦੇ ਹਾਂ, ਉਹਦੀ ਆਸ਼ਾ ਵੱਡੀ ਸਾਰੀ ਲਾਉਂਦੇ ਹਾਂ, ਫਿਰ ਉਸ ਨੂੰ ਲੈਣ ਵਾਸਤੇ ਆ ਜਾਂਦੇ ਹਾਂ। ਗੁਰੂ ਸਾਹਿਬ ਕਹਿੰਦੇ ਆ, ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ, ਅਸੀਂ ਦਿੰਦੇ ਵੀ ਹਾਂ, ਇਹ ਵੀ ਸੋਚਦੇ ਹਾਂ ਕਿ ਸਾਡੀਆਂ ਅਰਦਾਸਾਂ ਵੀ ਹੋਣ, 10 ਰੁਪਏ ਦਾਨ ਕਰਦੇ ਹਾਂ, ਅਖਬਾਰਾਂ 'ਚ ਕੱਢਦੇ ਹਾਂ ਕਿ ਅਸੀਂ ਇਤਨਾ ਦਾਨ ਕਰਦੇ ਹਾਂ, ਪੱਥਰਾਂ ਦੇ ਉੱਤੇ ਨਾਮ ਲਿਖਾਉਂਦੇ ਹਾਂ ਕਿ ਫਲਾਣੇ ਆਦਮੀ ਨੇ ਇਤਨਾ ਸਾਰਾ ਦਾਨ ਕਰਿਆ ਹੈ। ਖੁਦ ਤਾਂ ਹੰਕਾਰ ਆਉਣਾ ਹੀ ਸੀਗਾ, ਅਗਰ ਸਾਡੇ ਬੱਚੇ ਵੀ ਉਸ ਨੂੰ ਨਾਮ ਨੂੰ ਪੜ੍ਹਦੇ ਹੈ ਉਹ ਵੀ ਹੰਕਾਰ ਕਰਦੇ ਹੈ ਕਿ ਸਾਡੇ ਬਜ਼ੁਰਗ ਕਿਤਨੇ ਦਾਨੀ ਸਨ। ਸੋ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਖੱਬਾ ਹੱਥ ਸੱਜਾ ਹੱਥ ਦਾਨ ਕਰੇ ਖੱਬੇ ਨੂੰ ਨਾ ਪਤਾ ਲੱਗੇ। ਕਬੀਰ ਸਾਹਿਬ ਕਹਿੰਦੇ ਹੈ, ਤੀਰਥ ਵਰਤ ਅਰ ਦਾਨ ਕਰ ਮਨ ਮੇ ਧਰੇ ਗਮਾਨ, ਨਾਨਕ ਨੇ ਫਲ ਜਾਤ ਹੈ ਜਿਉਂ ਕੁੰਚਰ ਇਸ਼ਨਾਨ। ਜਿਸ ਤਰ੍ਹਾਂ ਹਾਥੀ ਨੂੰ ਇਸ਼ਨਾਨ ਕਰਾਇਆ ਜਾਂਦਾ ਹੈ ਉਹ ਆਪਣੇ ਉੱਪਰ ਫੇਰ ਸੁਭਾਅ ਪਾ ਲੈਂਦਾ ਹੈ। ਸੋ ਇਸ ਵਾਸਤੇ ਸੰਤ ਮਹਾਤਮਾ ਸਾਨੂੰ ਦੱਸਦੇ ਹੈ, ਕੋਈ ਗੁਰਮੁਖ ਸੱਜਣ ਜੇ ਮਿਲੇ ਕਿ ਕੋਈ ਐਸਾ ਗੁਰਮੁਖ ਸੱਜਣ ਮਿਲ ਜਾਵੇ ਜਿਹੜਾ ਮੈਨੂੰ ਉਸ ਨਾਮ ਦਾ ਫਾਇਦਾ ਦੱਸੇ, ਨਾਮ ਦੇ ਮੁਤਾਬਿਕ ਸਮਝਾਵੇ ਕਿ ਕਿਸ ਤਰ੍ਹਾਂ ਉਸ ਨਾਮ ਨੂੰ ਜਾ ਕੇ ਮਿਲਣਾ ਹੈ, ਉਸ ਨਾਮ ਦੇ ਕੀ ਫਾਇਦੇ ਹਨ। ਜੀ ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣ ਸਾਜ, ਹੋ ਤਿਸ ਵੇਟੋਂ ਸੋਖਨੀਏ ਮੈਂ ਨਾਮ ਕਰੇ ਪਰਗਾਸ। ਆਪ ਕਹਿਣ ਲੱਗੇ ਕਿ ਮੈਂ ਤਨ ਮਨ ਧਨ ਸਭ ਕੁਛ ਦੇਣ ਵਾਸਤੇ ਤਿਆਰ ਹਾਂ, 4 ਟੁਕੜੇ ਹੋ ਕੇ ਵੀ ਉਸ ਦੇ ਉੱਤੋਂ ਵਾਰਨੇ ਜਾਣਾ ਹੈ, ਕੁਰਬਾਨ ਜਾਣਾ ਹੈ। ਕਿਉਂ ਜਾਣਾ ਹੈ? ਕਿ ਮੈਨੂੰ ਉਸ ਨਾਮ ਦੇ ਰਸਤੇ ਤੇ ਪਾ ਦੇਵੇ, ਮੈਨੂੰ ਨਾਮ ਦੇ ਦੇਵੇ। ਪਿਆਰਿਓ, ਜਿਹਨਾਂ ਮਹਾਤਮਾ ਦੀਆਂ ਅੱਖਾਂ ਖੁੱਲ ਜਾਂਦੀਆਂ ਹਨ, ਨਾਮ ਦੇ ਨਾਲ ਜੁੜ ਜਾਂਦੇ ਹੈ, ਅੰਦਰ ਜਾ ਕੇ ਪਤਾ ਲੱਗਦਾ ਹੈ ਕਿ ਗੁਰੂ
ਕਿਸ ਦੇਸ਼ ਚੋਂ ਆਉਂਦਾ ਹੈ ਔਰ ਉਹ ਕਿਉਂ ਆਉਂਦਾ ਹੈ, ਉਹਦਾ ਕੀ ਮਿਸ਼ਨ ਹੁੰਦਾ ਹੈ, ਕੀ ਉਹ ਦਿਆ ਲੈ ਕੇ ਆਉਂਦਾ ਹੈ, ਫਿਰ ਹੀ ਅਸੀਂ ਵਾਰਨ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਜਦ ਅਸੀਂ ਉਹਨਾਂ ਮਹਾਤਮਾ ਦੀਆਂ ਜਿਹੜੇ ਕਿ ਅੰਦਰ ਜਾਂਦੇ ਹੈ ਲੇਖਣੀਆਂ ਪੜ੍ਹਦੇ ਹਾਂ, ਸਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਅੰਦਰ ਕਿਤਨਾ ਆਪਣੇ ਗੁਰੂ ਪ੍ਰਤੀ ਪਿਆਰ ਸੀ, ਕਿਤਨੀ ਸ਼ਰਧਾ ਸੀ। ਇਹ ਕਿਉਂ ਸੀ ਕਿ ਉਹਨਾਂ ਨੇ ਅੰਦਰ ਜਾ ਕੇ ਦੇਖਿਆ ਕਿ ਗੁਰੂ ਔਰ ਪ੍ਰਭੂ ਇੱਕ ਹੈ। ਗੁਰੂ 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 ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀ ਹੋਰ। ਫਿਰ ਆਪ ਪਿਆਰ ਨਾਲ ਕਹਿੰਦੇ ਹੈ ਕਿ ਅਸੀਂ ਗੁਰੂ ਗੁਰੂ ਦਿਨ ਰਾਤ ਕਰਦੇ ਹਾਂ, ਮੈਂ ਗੁਰੂ ਤੋਂ ਬਗੈਰ ਹੈ ਹੀ ਕੋਈ ਨਹੀਂ, ਲੇਕਿਨ ਸਾਡੀ ਕੀ ਹਾਲਤ ਹੈ। ਜੋ ਸੰਤ ਮਹਾਤਮਾ ਸਾਨੂੰ ਰਸਤਾ ਦੱਸਦੇ ਹੈ ਕਿ ਕਿਸ ਤਰ੍ਹਾਂ ਬਈ ਤੁਸੀਂ ਮਿਹਨਤ ਕਰਨੀ ਹੈ, ਅਸੀਂ ਮਿਹਨਤ ਦੇ ਚੋਰ ਹੈ। ਸੰਤ ਮਹਾਤਮਾ ਕੋਈ ਅੰਧ ਵਿਸ਼ਵਾਸ ਦੇਣ ਵਾਸਤੇ ਨਹੀਂ ਆਉਂਦੇ ਗੇ, ਨਾ ਉਹਨਾਂ ਦਾ ਇਹ ਮਿਸ਼ਨ ਹੀ ਹੁੰਦਾ ਹੈ। ਸੰਤ ਮਹਾਤਮਾ ਤਾਂ ਸਾਨੂੰ ਇਹ ਦੱਸਦੇ ਹੈ ਕਿ ਦੇਖੋ ਪਿਆਰਿਓ, ਤੁਸੀਂ ਸਭ ਤੋਂ ਪਹਿਲਾਂ ਜਦ ਰਸਤਾ ਲੈ ਲੈਂਦੇ ਹੋ ਔਰ ਮਿਹਨਤ ਕਰੋ, ਨੌ ਦੁਆਰਿਆਂ ਨੂੰ ਖਾਲੀ ਕਰਕੇ ਅੱਖਾਂ ਦੇ ਪਿੱਛੇ ਆਓ। ਇਸੇ ਨੂੰ ਮਹਾਤਮਾ ਜਿਉਂਦੇ ਮਰਨਾ ਕਹਿੰਦੇ। ਸੋ ਜਦ ਤੱਕ ਅਸੀਂ ਜੀਵਤ ਨਹੀਂ ਮਰਦੇ ਗੇ, ਉਹਨਾਂ ਚਿਕਰ ਅਸੀਂ ਉਸ ਨਾਮ ਨੂੰ ਪ੍ਰਗਟ ਨਹੀਂ ਕਰ ਸਕਦੇ ਗੇ। ਮੈਂ ਸਾਡੇ ਉੱਥੇ ਆਸ਼ਰਮ ਦਾ ਵਾਕਿਆ ਦੱਸਦਾ ਹੁੰਦਾ, ਜਿਹੜਾ ਕਿ 2 ਸਾਲ ਹੋਏ ਇੱਕ ਚੌਧਰੀ ਆਇਆ, ਕਾਫੀ ਮਜ਼ਬੂਤ ਸੀਗਾ ਉਹ। ਮੈਂ ਉੱਥੇ ਕਾਫੀ ਆਸ਼ਰਮ ਦੇ ਵਿੱਚ ਪ੍ਰੇਮੀਆਂ ਨੂੰ ਪੁੱਛਦਾ ਫਿਰਦਾ ਸੀਗਾ ਕਿ ਵੀ ਜਿਉਂਦੇ ਮਰਨ ਦਾ ਜੋ ਰਸਤਾ ਹੈ ਉਹ ਸਾਨੂੰ ਦੱਸੋ। ਕਈਆਂ ਨੂੰ ਉਹਨੇ ਪੁੱਛਿਆ, ਉਹਨਾਂ ਨੇ ਕਿਹਾ ਕਿ ਸੰਤਾਂ ਨੂੰ ਮਿਲੀ ਬਈ, ਉਹ ਤੈਨੂੰ ਦੱਸ ਦੇਣਗੇ। ਮੈਂ ਨਾਮ ਦੇਣ ਵਾਸਤੇ ਜਾ ਰਿਹਾ ਸੀਗਾ, ਮੈਨੂੰ ਰਸਤੇ 'ਚ ਮਿਲਿਆ, ਕਹਿਣ ਲੱਗਾ ਮਹਾਰਾਜ ਜੀ ਮੈਨੂੰ ਉਹ ਸਾਧਨ ਦੱਸੋ, ਉਹ ਤਰੀਕਾ ਦੱਸੋ ਜਿਹਦੇ ਨਾਲ ਜਿਉਂਦੇ ਮਰੀਦਾ ਹੈ। ਮੈਂ ਉਹਨੂੰ ਹੱਸ ਕੇ ਕਿਹਾ ਕਿ ਚੌਧਰੀ ਸਾਹਿਬ ਆ ਜਾ, ਮੈਂ ਉਹੀ ਦੱਸਣ ਵਾਸਤੇ ਚੱਲਿਆ ਹੈ। ਲੇਕਿਨ ਚੌਧਰੀ ਕਿਹਦੇ ਕਰਮ ਲਿਆਵੇ, ਕਿਉਂਕਿ ਅਸੀਂ ਮਿਹਨਤ ਦੇ ਚੋਰ ਹੁੰਦੇ ਹਾਂ। ਕਹਿਣ ਲੱਗਾ ਫਿਰ ਕਿਤੇ ਆਵਾਂਗੇ, ਲੇਕਿਨ 2-3 ਸਾਲ ਹੋ ਗਏ ਆ, ਉਦੋਂ ਮਗਰੋਂ ਚੌਧਰੀ ਦੀ ਸ਼ਕਲ ਨਹੀਂ ਦੇਖੀ। ਸੋ ਅਸੀਂ ਗੱਲਾਂ ਨਾਲ ਤਾਂ ਚਾਹੁੰਦੇ ਹਾਂ ਕਿ ਅਸੀਂ ਜਿਉਂਦੇ ਮਰਨਾ ਪਤਾ ਨਹੀਂ ਇੰਨਾ ਕਿੰਨਾ ਕੁ ਆਸਾਨ ਹੁੰਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਗੱਲੀ ਕਿਹਨੇ ਨਾ ਪਾਇਆ, ਆਪ ਕਹਿੰਦੇ ਗੱਲਾਂ ਦਾ ਮਜ਼ਬੂਨ ਨਹੀਂ, ਇਹ ਤਾਂ ਕਮਾਈ ਦਾ ਮਜ਼ਬੂਨ ਹੈ। ਕਬੀਰ ਸਾਹਿਬ ਕਹਿੰਦੇ ਹੱਸ ਹੱਸ ਪੀਆ ਨਾ ਪਾਇਆ, ਜਿਨ ਪਾਇਆ ਤਿਨ ਰੋਏ, ਹਾਸੀ ਖੇਡੇ ਪੀਆ ਮਿਲੇ ਤੋਂ ਕੌਣ ਦੁਹਾਗਣ ਹੋਏ। ਅਗਰ ਇਹ ਗੱਲਾਂ ਨਾਲ ਮਿਲ ਜਾਂਦਾ, ਅਗਰ ਪੈਸੇ ਦੇ ਜ਼ੋਰ ਤੇ ਮਿਲ ਜਾਂਦਾ ਤਾਂ ਅਮੀਰ ਲੋਕ ਇਸ ਨੂੰ ਪਾ ਲੈਂਦੇ, ਗਰੀਬ ਵਿਚਾਰੇ ਰਹਿ ਜਾਂਦੇ। ਅਗਰ ਗਰੀਬੀ ਧਾਰ ਨਾਲ ਹੀ ਇਹ ਮਿਲਦਾ ਹੁੰਦਾ ਤਾਂ ਅਮੀਰ ਲੋਕ ਰਹਿ ਜਾਂਦੇ, ਅਗਰ ਇਹ ਚਤਰਾਂ ਨੂੰ ਮਿਲਦਾ ਤਾਂ ਭੋਲੇ ਭਾਲੇ ਰਹਿ ਜਾਂਦੇ। ਸੋ ਇਸ ਵਾਸਤੇ ਆਪ ਪਿਆਰ ਦੇ ਨਾਲ ਦੱਸਦੇ ਹੈ ਕਿ ਜੋ ਕੁਛ ਅਸੀਂ ਦਾਨ ਪੁੰਨ ਕਰਦੇ ਹਾਂ, ਮੇਰਾ ਮਤਲਬ ਇਹ ਨਹੀਂ ਕਿ ਇਹਦਾ ਸਾਨੂੰ ਕੁਛ ਮਿਲਦਾ ਨਹੀਂ ਗਾ। ਜਿਹੜੇ ਤਾਂ ਸਿਆਣੇ ਹੈ, ਸਮਝਦਾਰ ਹੈ, ਉਹ ਤਾਂ ਕਬੀਰ ਸਾਹਿਬ ਕਹਿੰਦੇ ਹੈ ਪਾਣੀ ਬਾਹੜੋ ਨਾਵ ਮੇ, ਘਰ ਮੇ ਬਾਹੜੋ ਨਾਵ, ਦੋਨੇ ਹੱਥ ਉਲੂਚੀਏ, ਇਹ ਹੀ ਸਿਆਣੋ ਕਾਮ। ਅਗਰ ਨਾਵ ਦੇ ਅੰਦਰ ਪਾਣੀ ਜ਼ਿਆਦਾ ਪੈ ਜਾਵੇ, ਸਿਆਣਾ ਆਦਮੀ ਉਹ ਹੈ ਜੋ ਦੋਨਾਂ ਹੱਥਾਂ ਨਾਲ ਉਸਨੂੰ ਬਾਹਰ ਕੱਢਦਾ ਹੈ। ਅਗਰ ਪਰਮਾਤਮਾ ਸਾਡੇ ਘਰ ਅੰਦਰ ਕੋਈ ਮਾਇਆ ਜ਼ਿਆਦਾ ਦੇ ਦਿੰਦਾ ਹੈ, ਸਾਡੀ ਕਮਾਈ ਵਿੱਚ ਬਰਕਤ ਪਾਉਂਦਾ ਹੈ, ਸਿਆਣਾ ਆਦਮੀ ਉਸ ਨੂੰ ਸਾਧ ਸੰਗਤ ਦੇ ਵਿੱਚ ਲਾ ਦਿੰਦਾ ਹੈ। ਸੋ ਇਸ ਵਾਸਤੇ ਆਪ ਪਿਆਰ ਦੇ ਨਾਲ ਕਹਿੰਦੇ ਹੈ ਉਹਦੀ ਕੋਈ ਆਸ਼ਾ ਨਹੀਂ ਹੁੰਦੀਗੀ। ਲੇਕਿਨ ਜੇ ਅਸੀਂ ਆਸ਼ਾ ਕਰਦੇ ਹਾਂ ਕਿ ਸਾਨੂੰ ਇਹ ਫੇਰ ਮਿਲੇ, ਉਹ ਲੈਣ ਵਾਸਤੇ ਫਿਰ ਵੀ ਸਾਨੂੰ ਇਸ ਸੰਸਾਰ ਵਿੱਚ ਹੀ ਆਉਣਾ ਪਏਗਾ। ਸੋ ਹੋ ਸਕਦਾ ਹੈ ਕਿ ਅਸੀਂ ਪਹਿਲਾਂ ਕਿਸੇ ਗਰੀਬ ਘਰ ਵਿੱਚ ਹੋਈਏ, ਫਿਰ ਅਸੀਂ ਅੱਛੇ ਘਰ ਵਿੱਚ ਆ ਜਾਈਏ, ਝਾੜੂ ਸਾਡੇ ਹੱਥ ਵਿੱਚੋਂ ਨਿਕਲ ਜਾਵੇ ਔਰ ਹਕੂਮਤ ਦੀ ਬਾਗਡੋਰ ਸਾਡੇ ਹੱਥ ਵਿੱਚ ਆ ਜਾਵੇ। ਹੁਣ ਅਸੀਂ ਦੇਖਦੇ ਹਾਂ ਨਾ ਇੱਥੇ ਕੋਈ ਰਾਜਾ ਸੁਖੀ ਹੈ, ਨਾ ਇੱਥੇ ਕੋਈ ਗਰੀਬ ਸੁਖੀ ਹੈ, ਕਿਹੜਾ ਸੁਖੀ ਹੈ। ਐਵੇਂ ਇੱਕ ਦੂਜੇ ਦਾ ਓਹਲਾ ਬਣਿਆ ਹੁੰਦਾ ਹੈ ਕਿ ਸ਼ਾਇਦ ਇਹ ਸੌਖਾ ਹੋਏਗਾ, ਇਹ ਕੁਰਸੀ ਦੇ ਉੱਤੇ ਬੈਠਾ ਹੋਇਆ ਹੈ, ਇਹ ਤਾਂ ਬੜਾ ਹੀ ਪ੍ਰਮਾਤਮਾ ਨੇ ਧਨ ਪਦਾਰਥ ਦਿੱਤਾ ਹੈ। ਬੜੇ ਸਿਰਾਂ ਨੂੰ ਬੜੀਆਂ ਪੀੜਾਂ ਹੁੰਦੀਆਂ ਹਨ,
ਕਿਸੇ ਨੂੰ ਕਰਜ਼ਾ ਦੁੱਖ ਹੈ, ਕਰਜ਼ੇ ਦਾ ਦੁੱਖ ਹੈ, ਕਿਸੇ ਨੂੰ ਬਿਮਾਰੀ ਦਾ ਦੁੱਖ ਹੈ, ਕਿਸੇ ਨੂੰ ਬੇਰੁਜ਼ਗਾਰੀ ਦਾ ਦੁੱਖ ਹੈ, ਕਿਹੜੇ ਕਿਹੜੇ ਦੁੱਖ ਹੈ। ਜੇ ਥੋੜਾ ਬਹੁਤਾ ਅਸੀਂ ਕਿਸੇ ਨਾਲ ਬੈਠ ਕੇ ਇਕੱਲੇ ਗੱਲ ਕਰਦੇ ਹਾਂ, ਉਦੋਂ ਪਤਾ ਲੱਗਦਾ ਹੈ ਕਿ ਇਹਦੇ ਸਿਰ ਦੇ ਉੱਤੇ ਕਿੰਨੀਆਂ ਕਿੰਨੀਆਂ ਵੱਡੀਆਂ ਪੰਡਾਂ ਹਨ। ਮੈਂ ਦੱਸਦਾ ਹੁੰਦਾ ਹੈ ਕਿ ਪ੍ਰੇਮੀਆਂ ਦੇ ਪੱਤਰਾਂ ਤੋਂ ਪਤਾ ਲੱਗਦਾ ਹੈ ਕਿ ਉਹ ਕਿਤਨੇ ਦੁਖੀ ਹੈ। ਸਭ ਇਹ ਕਹਿੰਦੇ ਹੈ, ਜੀ ਕਰਦਾ ਹੈ ਕਿ ਅਸੀਂ ਅੰਤ ਕਰ ਦੇਈਏ, ਲੇਕਿਨ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਕਿ ਦੇਖੋ ਪਿਆਰਿਓ, ਆਤਮ ਘਾਤੀ ਮਹਾਪਾਪੀ। ਸੋ ਸਾਨੂੰ ਐਸੀ ਚੀਜ਼ ਵੀ ਨਹੀਂ ਸੋਚਣੀ ਚਾਹੀਦੀ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਜੋ ਆਤਮਘਾਤ ਕਰਦਾ ਹੈ ਉਸਨੂੰ ਗੁਰੂ ਕਦੇ ਨਹੀਂ ਬਖਸ਼ਦਾਗਾ, ਉਸਨੂੰ ਪੁੱਠਾ ਕਰਕੇ ਟੰਗ ਦਿੰਦਾ ਹੈ। ਸੋ ਜਿਤਨੇ ਸਵਾਸ ਸਾਨੂੰ ਦਿੱਤੇ ਹੈ ਉਹ ਸਾਡਾ ਹੱਕ ਹੈ, ਉਸਨੂੰ ਭੋਗੀਏ। ਅਗਰ ਦੁੱਖ ਹੈ ਤਾਂ ਵੀ ਸਾਡੇ ਆਪਣੇ ਹੀ ਕਰਮਾਂ ਦਾ ਹੈ। ਬਿਨ ਕੀਆ ਲਾਗੇ ਨਹੀਂ ਕੀਆ ਨਾ ਬਿਰਥਾ ਜਾਏ, ਅਸੀਂ ਕੋਈ ਕਿਸੇ ਦਾ ਬੋਝਾ ਨਹੀਂ ਚੁੱਕ ਰਹੇ ਹੁੰਦੇ ਗੇ। ਹਾਂ, ਇਹ ਜ਼ਰੂਰ ਹੈ, ਅਗਰ ਅਸੀਂ ਸਿਮਰਨ ਕਰਾਂਗੇ, ਨਾਮ ਦੀ ਕਮਾਈ ਕਰਾਂਗੇ, ਤਾਂ ਪ੍ਰਭੂ ਸਾਡੇ ਉੱਤੇ ਜ਼ਰੂਰ ਮਿਹਰ ਕਰੇਗਾ, ਦਇਆ ਕਰੇਗਾ। ਉਹ ਜ਼ਰੂਰ ਜਿੰਨੀ ਵੀ ਮੁਨਾਸਿਬ ਹੈ ਉਹ ਆਪਣੀ ਦਇਆ ਕਰੇਗਾ। ਸੋ ਇਸ ਵਾਸਤੇ ਆਪ ਕਹਿਣ ਲੱਗੇ, ਮੈਂ ਐਸੇ ਮਹਾਤਮਾ ਤੋਂ ਕੁਰਬਾਨ ਹੈ, ਬਲਿਹਾਰ ਜਾਂਦਾ ਹੈ, ਕਿਉਂਕਿ ਮੇਰੇ ਅੰਦਰ ਉਸਨੇ ਨਾਮ ਦਾ ਦੀਵਾ, ਨਾਮ ਦਾ ਪ੍ਰਕਾਸ਼ ਕੀਤਾ ਹੈ। ਜੀ ਹੋ ਤਿਸ ਵੀਟੋ ਚੋਕਨੀਏ ਮੈਂ ਨਾਮ ਕਰੇ ਪਰਗਾਸ ਮੇਰੇ ਪ੍ਰੀਤ ਮਾਂ ਹੋ ਜੀਵਾ ਨਾਮ ਤਿਆਏ। ਬੜਾ ਪਿਆਰ ਨਾਲ ਕਹਿੰਦੇ ਹੈ ਕਿ ਮੇਰਾ ਜੀਵਨ ਨਾਮ ਦੀ ਕਮਾਈ ਕਰਕੇ ਹੈ। ਜਿਨ੍ਹਾਂ ਦੇ ਅੰਦਰ ਨਾਮ ਪ੍ਰਗਟ ਹੋ ਜਾਂਦਾ ਹੈ, ਨਾਮ ਨਾਲ ਲੱਗ ਜਾਂਦੀ ਹੈ, ਉਹ ਸਾਡੇ ਤਰ੍ਹਾਂ ਇਹ ਨਹੀਂ ਕਰਦੇ ਗੇ ਜੀ ਗਿੱਟੇ ਦੁਖਦੇ ਆ, ਗੋਡੇ ਦੁਖਦੇ ਆ, ਸਾਡਾ ਜੀ ਮਨ ਨਹੀਂ ਖੜਦਾ ਗਾ। ਤੁਸੀਂ ਹੁਣ ਸੋਚ ਕੇ ਦੇਖੋ, ਸੰਤ ਸਦਾ ਹੀ ਕਹਿੰਦੇ ਹੈ ਕਿ ਸਾਡਾ ਸਭ ਤੋਂ ਵੱਡਾ ਜਾਨੀ ਦੁਸ਼ਮਣ ਮਨ ਹੈ। ਜੋ ਦੁਸ਼ਮਣ ਦੀ ਬਾਤ ਮੰਨੇਗਾ ਕੀ ਉਹ ਕਾਮਯਾਬ ਹੋਏਗਾ? ਕੀ ਮਨ ਤੁਹਾਨੂੰ ਭਜਨ ਕਰਨ ਦੇ ਦੇਵੇਗਾ? ਮਨ ਤੁਹਾਨੂੰ ਭਜਨ ਨਹੀਂ ਕਰਨ ਦੇਵੇਗਾ। ਮਨ ਜਿਹੜਾ ਅੱਜ ਤੁਹਾਨੂੰ ਇਹ ਸਲਾਹ ਦਿੰਦਾ ਹੈ ਕਿ ਪਰੇਸ਼ਾਨੀ ਹੈ ਜਾਂ ਬੜੀ ਰਾਤ ਹੈ, ਕੱਲ ਨੂੰ ਕਰ ਲਵਾਂਗੇ, ਕੱਲ ਨੂੰ ਵੀ ਉਸੇ ਮਨ ਨੇ ਤੁਹਾਡੇ ਪਾਸ ਸੁਣਨਾ ਹੈ, ਤਾਂ ਫਿਰ ਸਲਾਹ ਦੇ ਦੇਵੇਗਾ। ਤੋ ਇਸ ਵਾਸਤੇ ਦੁਸ਼ਮਣ ਦੇ ਹੱਥ ਵਿੱਚ ਅਸੀਂ ਆਪਦੀ ਬਾਗਡੋਰ ਦੇ ਕੇ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਗੇ। ਸਾਡੀ ਨਾ ਕੋਈ ਕੌਮ ਦੁਸ਼ਮਣ ਹੈ, ਨਾ ਸਾਡਾ ਕੋਈ ਮਜ਼ਹਬ ਦੁਸ਼ਮਣ ਹੈ, ਨਾ ਕੋਈ ਸਾਡਾ ਮੁਲਕ ਦੁਸ਼ਮਣ ਹੈ। ਸਾਡਾ ਦੁਸ਼ਮਣ ਸਾਡੇ ਅੰਦਰੇ ਹੀ ਬੈਠਾ ਹੋਇਆ ਹੈ, ਜਿਹੜਾ ਕਿ ਸਾਨੂੰ ਉਸ ਪ੍ਰਭੂ ਦੀ ਭਗਤੀ ਦੇ ਵਿੱਚ ਲੱਗਣ ਨਹੀਂ ਦਿੰਦਾ ਗਾ। ਗੁਰੂ ਨਾਨਕ ਸਾਹਿਬ ਕਹਿੰਦੇ, ਮਨ ਜੀਤੇ ਜਗ ਜੀਤ। ਅਗਰ ਅਸੀਂ ਮਨ ਨੂੰ ਜਿੱਤ ਲੈਂਦੇ ਹੈ ਔਰ ਅਸੀਂ ਉਸ ਪਰਮਾਤਮਾ ਨੂੰ ਹੀ ਜਿੱਤ ਲੈਂਦੇ ਹੈ, ਜਿੱਤਣ ਦਾ ਮਤਲਬ ਇਹ ਨਹੀਂ ਹੁੰਦਾ ਗਾ ਕਿ ਅਸੀਂ ਕੋਈ ਉਸ ਪਰਮਾਤਮਾ ਤੇ ਫਤਿਹ ਪਾ ਲੈਣੀ ਹੁੰਦੀ ਹੈ ਕਿ ਉਸ ਨੂੰ ਅਸੀਂ ਆਪਦੇ ਉੱਤੇ ਮਿਹਰਬਾਨ ਕਰ ਲੈਂਦੇ ਹੈ, ਉਹ ਸਾਡੇ ਉੱਤੇ ਮਿਹਰਬਾਨ ਹੋ ਜਾਂਦਾ, ਸਾਡੇ ਉੱਤੇ ਦਇਆ ਕਰਦਾ ਹੈ, ਆਪਣੇ ਘਰ ਦਾ ਬੂਹਾ ਖੋਲ ਦਿੰਦਾ ਹੈ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ, ਕਿਉਂਕਿ ਮਨ ਨੂੰ ਅਸੀਂ ਆਪਣੇ ਵਸ ਵਿੱਚ ਕਰਨਾ ਹੈ, ਸਭ ਤੋਂ ਪਹਿਲਾਂ ਇਹ ਸੋਚਣਾ ਹੈ ਕਿ ਜਿਹੜਾ ਮਨ ਹੈ ਇਹ ਕਿਸ ਚੀਜ਼ ਦਾ ਆਸ਼ਿਕ ਹੈ, ਇਹ ਕਿਸ ਜਗ੍ਹਾ ਦੀ ਇਸਦੀ ਪੈਦਾਇਸ਼ ਹੈ। ਸੰਤ ਦੱਸਦੇ ਹੈ ਕਿ ਮਨ ਜੋ ਹੈ ਇਹ ਬ੍ਰਹਮ ਦੀ ਅੰਸ਼ ਹੈ, ਤ੍ਰਿਕੁਟੀ ਦੇ ਰਹਿਣ ਵਾਲਾ ਹੈ। ਇਹ ਵੀ ਆਪਣੇ ਘਰ ਦੇ ਵਿੱਚੋਂ ਭਟਕਿਆ ਹੋਇਆ ਹੈ, ਵਿਸ਼ੇ ਬਕਾਰਾਂ ਵਿੱਚ ਲੱਗਿਆ ਹੋਇਆ ਹੈ, ਭਟਕ ਗਿਆ ਹੈ। ਭਟਕਿਆ ਮਨ ਜਿਹੜਾ ਹੈ ਇਹ ਜ਼ਿੰਦਗੀ ਨੂੰ ਖੁਸ਼ਕ ਕਰ ਦਿੰਦਾ ਹੈ, ਤਬਾਹੀ ਮਚਾ ਦਿੰਦਾ ਹੈ। ਔਰ ਜੇ ਅਸੀਂ ਇਸ ਮਨ ਦੀ ਯੋਗ ਵਰਤੋਂ ਕਰੀਏ, ਅਗਰ ਇਸ ਨੂੰ ਸਿਮਰ ਦੇ ਨਾਲ ਇਕਾਗਰ ਕਰ ਲਈਏ, ਤਾਂ ਮਨ ਹੈਰਾਨੀ ਭਰੇ ਕੰਮ ਵੀ ਕਰਦਾ ਹੈ।
ਸੋ ਇਸ ਨੂੰ ਅਸੀਂ ਕਿਸ ਤਰ੍ਹਾਂ ਵਸ ਕਰਨਾ ਹੈ? ਸਭ ਤੋਂ ਪਹਿਲਾਂ ਤਾਂ ਅਸੀਂ ਮਨ ਦੀ ਆਦਤ ਨੂੰ ਸਮਝਣਾ ਹੈ ਕਿ ਮਨ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਕਿਸ ਚੀਜ਼ ਦੇ ਉੱਤੇ ਮਨ ਜਿਹੜਾ ਹੈ ਜਲਦੀ ਵਸ ਆ ਸਕਦਾ ਹੈ। ਸੋ ਸਾਨੂੰ ਪਤਾ ਹੈ ਕਿ ਮਨ ਜਿਹੜਾ ਹੈ ਲੱਜਤ ਦਾ ਆਸ਼ਕ, ਸੋਭਾ ਦਾ ਆਸਰੇ ਇਸ ਦੇ ਉੱਤੇ ਬੜਾ ਜਲਦੀ ਹੁੰਦਾ ਹੈ। ਅਗਰ ਅਸੀਂ ਸ਼ਰਾਬੀਆਂ ਕਬਾਬੀਆਂ ਦੇ ਪਾਸ ਬੈਠਦੇ ਹਾਂ, ਜੂਏ ਬਾਜਾਂ ਦੇ ਪਾਸ ਬੈਠਦੇ ਹਾਂ, ਸਾਡੇ ਅੰਦਰ ਵੀ ਉਸੇ ਖਿਆਲ ਪੈਦਾ ਹੋਣ ਲੱਗ ਜਾਂਦੇ ਹੈ। ਸ਼ਰਾਬਾਂ ਕਬਾਬਾਂ ਪੀਣ ਦੇ ਔਰ ਖਾਣ ਦੇ ਖਿਆਲ ਪੈਦਾ ਹੋ ਜਾਂਦੇ ਹੈ। ਅਸੀਂ ਜੂਏ ਬਾਜਾਂ ਦੇ ਪਾਸ ਬੈਠਦੇ ਹਾਂ, ਸਾਡੇ ਅੰਦਰ ਵੀ ਐਸੇ ਖਿਆਲ ਹੋ ਜਾਂਦੇ ਹੈ। ਅਗਰ ਅਸੀਂ ਨਾਮ ਵਾਲਿਆਂ ਦੀ ਸੰਗਤ ਸੋਭਤ ਦੇ ਵਿੱਚ ਬੈਠਦੇ ਹਾਂ, ਸਾਡੇ ਅੰਦਰ ਵੀ ਨਾਮ ਜਪਣ ਦਾ ਸ਼ੌਕ ਵੀਰੇ ਤੜਫ ਪੈਦਾ ਹੋ ਜਾਂਦੀ ਹੈ। ਸੋ ਸੰਤ ਮਹਾਤਮਾ ਨੇ ਇਸੇ ਵਾਸਤੇ ਆ ਕੇ ਆਪਣਾ ਸਤਸੰਗ ਜਾਰੀ ਕੀਤਾ, ਦੱਸਿਆ ਕਿ ਕਿਸ ਤਰ੍ਹਾਂ ਬੁਰੀ ਸੰਗਤ ਨੂੰ ਛੱਡਣਾ ਹੈ, ਅੱਛੀ ਸੰਗਤ ਨੂੰ ਅਪਣਾਉਣਾ ਹੈ। ਸੋ ਸੰਤ ਮਹਾਤਮਾ ਸੰਗਤ ਦੇ ਜ਼ਰੀਏ ਹੀ ਸਾਨੂੰ ਸਮਝਾਉਂਦੇ ਹੈ ਕਿ ਜਦ ਤੱਕ ਤੁਸੀਂ ਅੱਛੀ ਸੰਗਤ ਦੇ ਵਿੱਚ ਨਹੀਂ ਜਾਓਗੇ, ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇਗੇ। ਸੋ ਇਸ ਵਾਸਤੇ ਜਿਹਨਾਂ ਮਹਾਤਮਾ ਦਾ ਅੰਦਰ ਖਿਆਲ ਜੁੜ ਜਾਂਦਾ ਹੈ, ਉਹ ਕਹਿੰਦੇ ਹੈ ਕਿ ਅਸੀਂ ਜਿਉਂਦੇ ਹੀ ਸਾਡੇ ਨਾਮ ਦੇ ਨਾਲ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹੈ, ਅਮਲੀ ਜੀਏ ਅਮਲ ਖਾਏ ਤਿਉਂ ਹਰ ਜਨ ਜੀਏ ਨਾਮ ਤੇ ਆਏ। ਉਹ ਸਾਡੇ ਤਰ੍ਹਾਂ ਨਹੀਂ ਗੇ ਕਹਿੰਦੇ ਵੀ ਸਾਡਾ ਮਨ ਨਹੀਂ ਲੱਗਦਾ ਗਾ ਜਾਂ ਸਾਡੇ ਗਿੱਟੇ ਦੁਖਦੇ ਆ, ਗੋਡੇ ਦੁਖਦੇ ਹੈ। ਸੋ ਐਸੀਆਂ ਉਹਨਾਂ ਦੀਆਂ ਸ਼ਿਕਾਇਤਾਂ ਨਹੀਂ ਹੁੰਦੀਆਂ। ਤੁਸੀਂ ਦੇਖ ਲਓ ਜੋ ਅਮਲ ਹੈ, ਅਮਲ ਖਾਣ ਵਾਲਾ ਹੈ, ਉਹ ਐਸੀਆਂ ਸ਼ਿਕਾਇਤਾਂ ਨਹੀਂ ਕਰਦਾ। ਉਹਦੀ ਤਾਂ ਜਾਨ ਟੁੱਟਦੀ ਹੈ ਔਰ ਅਮਲ ਅਗਰ ਮੂੰਹ ਦੇ ਵਿੱਚ ਪਾਉਂਦਾ ਹੈ ਤਦ ਹੀ ਉਹਦਾ ਜੀਵਨ ਹੈ। ਇਸੇ ਤਰ੍ਹਾਂ ਜੋ ਨਾਮ ਦੇ ਰਸੀਏ ਹੈ, ਨਾਮ ਦਾ ਜਿਹਨਾਂ ਨਸ਼ਾ ਹੈ, ਨਾਮ ਦਾ ਪਿਆਰ ਹੈ, ਉਹਨਾਂ ਦਾ ਜੀਵਨ ਹੀ ਨਾਮ ਦੇ ਵਿੱਚ ਹੁੰਦਾ ਹੈ। ਸ਼ੇਖ ਫਰੀਦ ਸਾਹਿਬ ਆਪਣੀ ਬਾਣੀ ਵਿੱਚ ਲਿਖਦੇ ਹੈ ਕਿ ਇੱਕ ਆਤਮਾ ਅੰਦਰ ਜੁੜੀ ਹੋਈ ਸੀਗੀ, ਉਹ ਰੋਜ਼ ਅੰਦਰ ਪ੍ਰਭੂ ਨਾਲ ਮਿਲਦੀ ਸੀ। ਦੂਸਰੀ ਆਤਮਾ ਨੂੰ ਕਹਿੰਦੀ ਹੈ, ਜਿਹਨੇ ਕਦੇ ਭਗਤੀ ਨਹੀਂ ਕੀਤੀ, ਜਿਹੜੀ ਪ੍ਰਮਾਤਮਾ ਨਾਲ ਨਹੀਂ ਜੁੜੇਗੀ, ਕਹਿੰਦੀ ਹੈ, ਅੱਜ ਨਾ ਸੁੱਤੀ ਕੰਤ ਚੋਂ ਅੰਗ ਮੁੜੇ ਮੁੜ ਜਾਏ, ਜਾਏ ਪੁੱਛਾਂ ਡੋਹਾਗਣੀ ਤੁਮ ਕਿਉਂ ਰਹਿਣ ਦੇ ਹਾਏ। ਭੈਣ ਮੈਂ ਅੱਜ ਭਜਨ ਦੇ ਉੱਤੇ ਨਹੀਂ ਬੈਠੀ, ਅੱਜ ਮੈਂ ਜਾ ਕੇ ਉਸ ਪ੍ਰਭੂ ਦੇ ਨਾਲ ਨਹੀਂ ਮਿਲਾਪ ਕੀਤਾ ਗਾ। ਮੈਂ ਉਹਨਾਂ ਨੂੰ ਦੁਹਾਗਣਾ ਨੂੰ ਪੁੱਛਦੀ ਹੈ ਕਿ ਜਿਨ੍ਹਾਂ ਨੇ ਕਦੇ ਵੀ ਪ੍ਰਭੂ ਦੇ ਨਾਲ ਮਿਲਾਪ ਨਹੀਂ ਕੀਤਾ, ਕਦੇ ਅਭਿਆਸ ਦੇ ਅੰਦਰ ਬੈਠੀਆਂ ਹੀ ਨਹੀਂ। ਮਹਾਰਾਜ ਸਾਵਣ ਸਿੰਘ ਬਾਬਾ ਜੈਮ ਸਿੰਘ ਦੇ ਦੋ ਸੇਵਕਾਂ ਦੀ ਕਹਾਣੀ ਦੱਸਦੇ ਹੁੰਦੇ ਸੀ। ਇੱਕ ਦਾ ਨਾਂ ਮੱਛਰ ਸੀ, ਇੱਕ ਦਾ ਨਾਂ ਰਾਮ ਦਿੱਤਾ ਸੀ। ਉਹ ਮੰਡਾਲੀ ਦੇ ਜ਼ਿਮੀਂਦਾਰ ਸਨ, ਬਾਬਾ ਜੀ ਦੇ ਆਸ਼ਰਮ ਵਿੱਚ ਉਹ ਸੇਵਾ ਕਰਦੇ ਹੁੰਦੇ ਸਨ। ਭਾਦੋਂ ਦਾ ਮਹੀਨਾ ਸੀਗਾ, ਰੋਜ਼ ਉਹਨਾਂ ਨੂੰ ਅੰਦਰ ਦਰਸ਼ਨ ਹੁੰਦੇ ਸੀ ਬਾਬਾ ਜੀ ਦੇ। ਕਦੇ ਕਦੇ ਗੁਰੂ ਸੇਵਕ ਦਾ ਇਮਤਿਹਾਨ ਵੀ ਲੈਂਦਾ ਹੈ ਕਿ ਦੇਖਾ ਇਸ ਦੀ ਕਿਤਨੀ ਕੁ ਸ਼ਰਧਾ ਹੈ। ਇੱਕ ਦਿਨ ਉਹਨਾਂ ਨੂੰ ਅੰਦਰ ਦਰਸ਼ਨ ਨਾ ਹੋਏ, ਸੁਬਾਹ ਮੱਛਰ ਪੁੱਛਣ ਲੱਗਿਆ ਕਿ ਰਾਮ ਦਿੱਤਿਆ ਅੱਜ ਬਾਬਾ ਜੀ ਦੇ ਦਰਸ਼ਨ ਨਹੀਂ ਹੋਏ। ਉਹ ਕਹਿਣ ਲੱਗਿਆ ਮੈਨੂੰ ਵੀ ਨਹੀਂ ਹੋਏ। ਆਖਰ ਉਹ ਕਹਿਣ ਲੱਗਿਆ ਕਿ ਜੇ ਖੂਹ ਨਾ ਜੋੜਿਆ ਤਾਂ ਮੱਕੀ ਸੁੱਕ ਜਾਏਗੀ। ਆਖਰ ਸਲਾਹ ਕਰਕੇ ਕਹਿਣ ਲੱਗੇ, ਸੁੱਕੂ ਤਾਂ ਗੁਰੂ ਦੀ ਸੁੱਕੇਗੀ, ਆਪਾਂ ਤਾਂ ਹੁਣ ਦਰਸ਼ਨ ਕਰਕੇ ਹੀ ਖੂਹ ਜੋੜਾਂਗੇ। ਜਦ ਉਹ ਬੈਠੇ, ਘੰਟਾ ਬੈਠੇ, ਅੰਦਰ ਬਾਬਾ ਜੀ ਦੇ ਦਰਸ਼ਨ ਹੋਏ, ਫਿਰ ਜਾ ਕੇ ਉਹਨਾਂ ਨੇ ਖੂਹ ਨੂੰ ਜੋੜਿਆ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿਨ੍ਹਾਂ ਦੀ ਇਹ ਹਾਲਤ ਹੁੰਦੀ ਹੈ, ਉਹਨਾਂ ਦੇ ਭਾਅ ਦਾ ਕਿਤਨਾ ਵੀ ਕੰਮ ਕਿਉਂ ਨਾ ਹੋਵੇ, ਉਹ ਸਭ ਤੋਂ ਪਹਿਲਾਂ ਜ਼ਰੂਰੀ ਭਜਨ ਸਿਮਰਨ ਦਾ ਕੰਮ ਕਰਦੇ ਹੈ। ਸੋ ਐਸੇ ਪ੍ਰੇਮੀਆਂ ਦਾ ਜਿਹੜਾ ਜੀਵਨ ਹੈ ਉਹ ਨਾਮ ਦੀ ਹੀ ਜੀਵਨ ਹੈ ਜੀ। ਜੀਵਨ ਨਾ ਕੀ ਹੈ ਮੇਰੇ
ਸਤ ਗੁਰ ਨਾਮ ਦੇ ਨਾਮ ਤੋਂ ਬਗੈਰ ਜੀਵਨ ਸੁਣਨਾ ਹੈ ਔਰ ਨਾਮ ਗੁਰੂ ਨੇ ਕਿਰਪਾ ਕਰਕੇ ਦੇ ਦਿੱਤਾ ਹੈ ਨਾਮ ਨਾਲ ਜੋੜ ਦਿੱਤਾ ਹੈ ਸਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਇੰਜਨ ਦੀ ਬਾਡੀ ਹੈ ਉਸ ਦੇ ਅੰਦਰ ਕਲ ਪੁਰਜੇ ਸਾਰੇ ਲੱਗੇ ਹੋਏ ਹੈ ਅਗਰ ਉਸ ਦੇ ਅੰਦਰ ਆਪਾਂ ਕਰੰਟ ਨਾ ਛਿੜੀਏ ਉਹ ਇੰਜਨ ਕਿਸੇ ਵੀ ਹਰਕਤ ਦੇ ਵਿੱਚ ਨਹੀਂ ਆ ਸਕਦਾ ਗਾ ਅੱਗੇ ਕੋਈ ਕੰਮ ਨਹੀਂ ਕਰ ਸਕਦਾ ਗਾ ਇਸੇ ਤਰ੍ਹਾਂ ਸਾਡਾ ਸਰੀਰ ਹੈ ਇੱਕ ਬਾਡੀ ਹੈ ਇਸ ਦੇ ਅੰਦਰ ਹੱਥ ਵੀ ਹੈ ਅੱਖਾਂ ਵੀ ਹਨ ਦੰਦ ਵੀ ਹੈ ਮੂੰਹ ਹੈ ਜਵਾਨ ਹੈ ਸਭ ਕੁਛ ਅਸੀਂ ਇਹਦੇ ਨਾਲ ਹਰਕਤ ਕਰਦੇ ਹਾਂ ਬੋਲਦੇ ਹਾਂ ਲੇਕਿਨ ਜਦ ਉਹ ਪ੍ਰਭੂ ਇਸ ਦੇ ਅੰਦਰੋਂ ਆਤਮਾ ਕਹਿ ਲਓ ਕਰੰਟ ਕਹਿ ਲਓ ਤਾਕਤ ਕਹਿ ਲਓ ਸ਼ਕਤੀ ਕਹਿ ਲਓ ਆਪਣੀ ਉਠਾ ਲੈਂਦਾ ਹੈ ਅੱਖ ਫਰਕਦੀ ਨਹੀਂ ਗੀ ਜ਼ਬਾਨ ਬੋਲਦੀ ਨਹੀਂ ਹੱਥ ਹਰਕਤ ਨਹੀਂ ਕਰਦੇ ਗਏ ਸਾਰਾ ਕੁਛ ਇਹਦੇ ਵਿੱਚ ਹੀ ਹੁੰਦਾ ਹੈ ਸੋ ਆਪ ਪਿਆਰ ਦੇ ਨਾਲ ਕਹਿੰਦੇ ਹੈ ਕਿ ਮੈਂ ਜੇ ਨਾਮ ਨਾ ਅੰਦਰ ਹੋਵੇ ਤਾਂ ਜੀਵਨ ਸੁੰਨਾ ਹੈ ਇਸੇ ਤਰ੍ਹਾਂ ਜਿਸਦੇ ਨਾਲ ਸਾਡੀ ਇਤਨੀ ਹੀ ਕਦਰ ਹੈ ਜਿਹਦੇ ਨਾਲ ਸਾਨੂੰ ਸਾਰੇ ਪਿਆਰ ਕਰਦੇ ਹੈ ਨਾਮ ਦੇ ਅੰਦਰ ਹੋਣ ਕਰਕੇ ਅੰਦਰ ਕਰਕੇ ਫਿਰ ਨਾ ਲੱਭੇ ਆਪ ਕਹਿਣ ਲੱਗੇ ਜਦੋਂ ਉਹ ਸਾਡੇ ਅੰਦਰ ਹੈ ਫਿਰ ਅਸੀਂ ਉਸਨੂੰ ਨਾ ਲੱਭੀਏ ਉਹ ਪਰਮਾਤਮਾ ਸਾਡੇ ਅੰਦਰ ਹੈ ਸਾਡੇ ਦਿਲ ਅੰਦਰ ਕਦੇ ਵੀ ਸ਼ੌਕ ਪੈਦਾ ਨਾ ਹੋਇਆ ਕਦੇ ਵੀ ਵਿਛੋੜੇ ਦਾ ਅੰਜੂ ਸਾਡੇ ਅੱਖ ਵਿੱਚੋਂ ਨਾ ਨਿਕਲਿਆ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਇੱਕ ਹੈ ਸੰਗਤ ਇੱਕ ਤਾਂ ਗ੍ਰਹਿ ਵਸਦੇ ਮੇਰੇ ਬਾਤ ਨਾ ਕਰਦੇ ਭਾਈ ਮੀਆਂ ਬੀਬੀ ਇੱਕੋ ਘਰ ਵਿੱਚ ਰਹਿ ਰਹੇ ਹੈ ਇੱਕੋ ਛੇਜ ਉੱਤੇ ਪੈ ਰਹੇ ਹੈ ਨਾ ਮੀਆਂ ਬੀਵੀ ਦੇ ਨਾਲ ਬੋਲਿਆ ਨਾ ਉਹਦੇ ਨਾਲ ਮਿਲਾਪ ਕੀਤਾ ਨਾ ਪੁੱਛਿਆ ਇਸੇ ਤਰ੍ਹਾਂ ਉਹ ਆਤਮਾ ਉਹ ਸ਼ਬਦ ਪਰਮਾਤਮਾ ਇਸੇ ਸਰੀਰ ਦੇ ਵਿੱਚ ਰਹਿੰਦੇ ਹੈ ਆਪ ਕਹਿਣ ਲੱਗੇ ਦੋਨਾਂ ਦਾ ਮਿਲਾਪ ਨਹੀਂ ਗਾ ਤੋ ਆਪ ਕਹਿਣ ਲੱਗੇ ਇੱਕ ਹੈ ਸਗੁੰਤ ਇੱਕ ਗ੍ਰਹਿ ਵਸਦੇ ਮਿਲ ਬਾਤ ਨਾ ਕਰਦੇ ਭਾਈ ਏਕ ਵਸਤ ਦਿਨ ਪੰਚ ਦੁਹੇਲੇ ਉਹ ਵਸਤ ਅਗੋਚਰ ਥਾਈ ਆਪ ਕਹਿਣ ਲੱਗੇ ਉਹ ਜਿਹੜੀ ਅਗੋਚਰ ਵਸਤੂ ਹੈ ਜਿਹੜੀ ਅਸੀਂ ਅੱਖਾਂ ਨਾਲ ਦੇਖ ਨਹੀਂ ਸਕਦੇ ਗੇ ਉਹੀ ਵਸਤੂ ਦੇ ਨਾਲ ਸਾਨੂੰ ਸੰਤ ਮਹਾਤਮਾ ਜੋੜਨ ਵਾਸਤੇ ਆਉਂਦੇ ਹੈ ਜੀ ਬਿਨ ਨਾਮ ਜੀਵਨ ਨਾ ਕੀਏ ਮੇਰੇ ਸਤ ਗੁਰ ਨਾਮ ਦੇ ਰੜਾਏ ਨਾਮ ਅਮੋਲਕ ਰਤਨ ਹੈ ਪੂਰੇ ਸਤ ਗੁਰ ਪਾਸ ਹੀਰਿਆਂ ਦਾ ਰਤਨਾਂ ਦਾ ਸਭ ਕੀਮਤੀ ਚੀਜ਼ਾਂ ਦਾ ਸਿਆਣੇ ਬੰਦਿਆਂ ਨੇ ਮੁੱਲ ਮੁਕਰਰ ਕੀਤਾ ਹੈ ਕਰੰਸੀ ਮੁਕਰਰ ਕੀਤੀ ਹੋਈ ਹੈ ਲੇਕਿਨ ਨਾਮ ਜੋ ਹੈ ਇਹ ਅਮੋਲਕ ਜਿਹੜਾ ਕਿ ਮੁੱਲ ਨੂੰ ਨਹੀਂ ਮਿਲਦਾ ਗਾ ਅਸੀਂ ਕਿਸੇ ਹਕੂਮਤ ਦੇ ਜ਼ੋਰ ਨਾਲ ਇਹਨੂੰ ਪ੍ਰਾਪਤ ਨਹੀਂ ਕਰ ਸਕਦੇ ਜੇ ਮੁੱਲ ਨਾ ਪ੍ਰਾਪਤ ਨਹੀਂ ਕਰ ਸਕਦੇ ਜੇ ਔਰ ਕੋਈ ਸਮਾਜ ਬਦਲ ਕੇ ਅਸੀਂ ਨਾਮ ਨੂੰ ਪ੍ਰਾਪਤ ਨਹੀਂ ਕਰ ਸਕਦੇ ਗੇ ਅਗਰ ਸਮਾਜ ਬਦਲਣ ਦੇ ਨਾਲ ਹੀ ਪਰਮਾਤਮਾ ਨਾਮ ਮਿਲਦਾ ਇਦੋਂ ਸਸਤਾ ਹੋਰ ਕਿਹੜਾ ਸੌਦਾ ਹੋ ਸਕਦਾ ਸੀਗਾ ਸੋ ਆਪ ਕਹਿਣ ਲੱਗੇ ਇਹ ਤਾਂ ਸਾਧੂ ਸੰਤਾਂ ਮਹਾਤਮਾ ਦੀ ਜਾਇਦਾਦ ਹੈ ਪਰਮਾਤਮਾ ਨੇ ਉਹਨਾਂ ਨੂੰ ਹੀ ਭੰਡਾਰੀ ਥਾਪਿਆ ਹੋਇਆ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਸੌਂਪੇ ਜਿਸ ਭੰਡਾਰ ਫਿਰ ਕੁਛ ਨਾ ਲੀਤੀਅਨ ਉਹ ਪ੍ਰਭੂ ਆਪਦੇ ਪਿਆਰਿਆਂ ਨੂੰ ਇਹਦਾ ਭੰਡਾਰੀ ਬਣਾ ਕੇ ਭੇਜਦਾ ਹੈ ਔਰ ਜਦੋਂ ਇੱਕ ਵਾਰੀ ਭੰਡਾਰੀ ਥਾਪ ਦਿੰਦਾ ਹੈ ਫਿਰ ਉਹ ਇਹ ਨਹੀਂ ਕਹਿੰਦਾ ਗਿਆ ਕਿ ਤੁਸੀਂ ਇਹ ਦਾਤ ਜਿਹੜੀ ਹੈ ਇਤਨੇ ਲੋਕਾਂ ਨੂੰ ਲਟਾਇਆ ਹੋਏ ਹੋ ਇਹ ਤੁਸੀਂ ਕਿਉਂ ਇਤਨਾ ਖਰਚ ਕਰਿਆ ਹੋ ਕਹਿਣ ਲੱਗੇ ਉਹ ਪੁੱਛਦਾ ਵੀ ਨਹੀਂ ਗਾ
ਕਿਉਂਕਿ ਇਸ ਵਾਸਤੇ ਸੰਤ ਮਹਾਤਮਾ ਖੁੱਲ੍ਹੇ ਦਿਲ ਨਾਲ ਹੀ ਆ ਕੇ ਉਹ ਨਾਮ ਦੀ ਦੌਲਤ ਲੁਟਾਉਂਦੇ ਹੈ। ਸਾਨੂੰ ਪਤਾ ਹੈ ਕਿ ਅਗਰ ਕੋਈ ਕਿਸੇ ਨੇ ਅੱਛਾ ਭੰਡਾਰੀ ਬਣਾ ਦਿੱਤਾ ਹੋਵੇ, ਖਜ਼ਾਨਚੀ ਬਣਾ ਦਿੱਤਾ ਹੋਵੇ, ਅੱਗੇ ਉਹ ਭੰਡਾਰ ਨੂੰ ਵਰਤਾਏ ਨਾ, ਉਸ ਖਜ਼ਾਨਚੀ ਹੋਏ ਦਾ ਕੀ ਫਾਇਦਾ ਹੋ ਸਕਦਾ ਹੈ, ਭੰਡਾਰੀ ਹੋਏ ਦਾ ਕੀ ਫਾਇਦਾ ਹੋ ਸਕਦਾ ਹੈ। ਅਗਰ ਕੋਈ ਖਜ਼ਾਨਚੀ ਤਾਂ ਹੈ, ਉਹਦੇ ਖਜ਼ਾਨੇ ਦੇ ਅੰਦਰ ਕੋਈ ਪੈਸਾ ਹੀ ਨਹੀਂ ਗਾ, ਕੋਈ ਕਰੰਸੀ ਨਹੀਂ ਗੀ, ਉਹ ਕਿਸੇ ਨੂੰ ਕੀ ਦੇ ਦੇਵੇਗਾ। ਇਸੇ ਤਰ੍ਹਾਂ ਸੰਤ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਹੈ ਕਿ ਜੇ ਉਹ ਸੰਤ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਹੈ, ਅਗਰ ਕਿਸੇ ਮਹਾਤਮਾ ਦੇ ਪਾਸ ਨਾਮ ਹੀ ਨਹੀਂ, ਨਾਮ ਨਾਲ ਉਹ ਖੁਦ ਹੀ ਨਹੀਂ ਜੁੜਿਆ ਗਾ, ਉਹ ਦੂਸਰੇ ਨੂੰ ਕਿਸ ਤਰ੍ਹਾਂ ਜੋੜ ਸਕਦਾ ਹੈ। ਸਾਨੂੰ ਪਤਾ ਹੈ ਕਿ ਅੱਜ ਜ਼ਮਾਨਾ ਕੀ ਹੈ, ਗੁਰੂ ਡੰਭ ਤੋਂ ਦੁਨੀਆ ਬੜੀ ਹੀ ਡਰਦੀ ਹੈ। ਕਿਉਂ ਡਰਦੀ ਹੈ ਕਿ ਅਨੇਕਾਂ ਹੀ ਗੁਰੂ ਬਣੇ ਬਣ ਕੇ ਬੈਠ ਜਾਂਦੇ ਹੈ, ਚੇਲਾ ਬਣਨ ਵਾਸਤੇ ਕੋਈ ਤਿਆਰ ਹੀ ਨਹੀਂ ਗਾ। ਜਦ ਮਹਾਰਾਜ ਸਾਵਣ ਸਿੰਘ ਨੂੰ ਪੁੱਛਿਆ ਗਿਆ ਕਿ ਮਹਾਰਾਜ ਜੀ ਆਉਣ ਵਾਲਾ ਵਕਤ ਕੈਸਾ ਹੋਏਗਾ, ਉਹ ਕਹਿਣ ਲੱਗੇ ਕੋਈ ਚੇਲਾ ਬਣਨ ਵਾਸਤੇ ਤਿਆਰ ਨਹੀਂ ਹੋਏਗਾ, ਸਭ ਇਹ ਹੀ ਕਹਿਣਗੇ ਕਿ ਅਸੀਂ ਗੁਰੂ ਹੈ। ਸੋ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਦੇਗੇ, ਕਿਸੇ ਨੂੰ ਅਸੀਂ ਬੁਰਾ ਨਹੀਂ ਕਹਿੰਦੇਗੇ, ਲੇਕਿਨ ਇਹ ਤਾਂ ਆਪਦੇ ਸਮਝਣ ਦੀ ਬਾਤ ਹੈ। ਕਿਉਂਕਿ ਜਦ ਤੱਕ ਅਸੀਂ ਆਪਦੀ ਆਤਮਾ ਤੋਂ ਅਸੂਲ ਸੂਖਸ਼ਮ ਤਿੰਨੇ ਪੜਦੇ ਨਹੀਂ ਲਾਉਂਦੇਗੇ, ਅਸੀਂ ਸਾਧ ਗਤੀ ਪ੍ਰਾਪਤੀ ਨਹੀਂ ਕਰ ਸਕਦੇਗੇ, ਔਰ ਜਦ ਤੱਕ ਅਸੀਂ ਸੱਚਖੰਡ ਦੇ ਵਿੱਚ ਨਹੀਂ ਜਾਂਦੇਗੇ, ਅਸੀਂ ਸੰਤ ਗਤੀ ਨੂੰ ਪ੍ਰਾਪਤ ਨਹੀਂ ਕਰ ਸਕਦੇਗੇ। ਇਹ ਵੀ ਸਟੇਸ਼ਨ ਹੁੰਦੇ ਹੈ, ਇਹ ਵੀ ਡਿਗਰੀਆਂ ਹੁੰਦੀਆਂ ਹਨ, ਸੰਤ ਸਾਧ ਔਰ ਪਰਮ ਸੰਤ ਦੀਆਂ। ਸੋ ਇਸ ਵਾਸਤੇ ਆ ਪਿਆਰ ਦੇ ਨਾਲ ਸਾਨੂੰ ਦੱਸਦੇ ਹੈ, ਲੇਕਿਨ ਇਹਨਾਂ ਤੋਂ ਬਗੈਰ ਸੰਸਾਰ ਸੁਣਨਾ ਵੀ ਨਹੀਂ ਹੁੰਦਾ ਗਾ, ਸਦਾ ਹੀ ਉਹ ਪਰਮਾਤਮਾ ਆਪਣੇ ਪਿਆਰਿਆਂ ਨੂੰ ਭੇਜਦਾ ਹੈ। ਅਸੀਂ ਇਹ ਕਹਿ ਤਾਂ ਜ਼ਰੂਰ ਦਿੰਦੇ ਹਾਂ ਕਿ ਇੱਟ ਚੱਕੋ ਗੁਰੂ ਨਿਕਲਦਾ ਹੈ, ਉਹਨਾਂ ਗੁਰੂਆਂ ਦਾ ਕਸੂਰ ਨਹੀਂ ਹੁੰਦਾ ਗਾ, ਕਸੂਰ ਸਾਡਾ ਹੁੰਦਾ ਹੈ, ਸਾਡੀ ਤਹਿਕੀਕਾਤ ਦਾ ਕਸੂਰ ਹੁੰਦਾ ਹੈ। ਮੈਂ ਦੱਸਦਾ ਹੁੰਦਾ ਹੈ ਕਿਸੇ ਮਹਾਤਮਾ ਦੀ ਸ਼ਰਨ ਦੇ ਵਿੱਚ ਜਾਣ ਤੋਂ ਪਹਿਲਾਂ, ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਜ਼ਰੂਰੀ ਹੁੰਦਾ ਹੈ ਕਿ ਇਸਨੇ ਕੋਈ 20-30 ਸਾਲ ਸ਼ਬਦ ਨਾਮ ਦੀ ਕਮਾਈ ਵਿੱਚ ਲਾਏ ਹੈ, ਕਦੇ ਇਸਨੇ ਅਭਿਆਸ ਕੀਤਾ ਹੈ, ਔਰ ਕਿਉਂਕਿ ਅਭਿਆਸ ਕਰਨ ਵਾਲਾ ਹੀ ਅਭਿਆਸ ਸਿਖਾ ਸਕਦਾ ਹੈ, ਪਹਿਲਵਾਨ ਹੀ ਪਹਿਲਵਾਨੀ ਸਿਖਾ ਸਕਦਾ ਹੈ, ਲੇਕਿਨ ਇਹ ਆਤਮਾ ਦਾ ਸਵਾਲ ਹੈ, ਇਹ ਕਿਸੇ ਦਾ ਸਵਾਲ ਨਹੀਂ ਗਾ। ਲੇਕਿਨ ਅਸੀਂ ਕੀ ਕਰਦੇ ਹਾਂ, ਇੱਕ ਦੂਸਰੇ ਦੇ ਆਪ ਦਾ ਤਜਰਬਾ ਨਹੀਂ ਹੁੰਦਾ ਗਾ, ਇੱਕ ਦੂਸਰੇ ਦੇ ਕਹੇ ਕਹਾਇਆ ਅਸੀਂ ਪਾਰਟੀ ਬਣਾਉਂਦੇ ਹਾਂ, ਇੱਕ ਦੀ ਨਿੰਦਿਆ ਕਰਦੇ ਹਾਂ, ਇੱਕ ਨੂੰ ਅਸੀਂ ਸਲਾਹੁੰਦੇ ਹਾਂ, ਕਿੱਡੀ ਇਹ ਸਾਡੇ ਬੁਰੇ ਹੈ। ਮੈਂ ਦੱਸਦਾ ਹੁੰਦਾ ਕਿ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੀ ਕਹਾਣੀ ਦੱਸਦਾ ਹੁੰਦਾ ਹੈ ਕਿ ਇੱਕ ਬੜਾ ਪਾਰਾ ਅਜਗਰ ਸੱਪ ਸੀਗਾ, ਉਸਨੂੰ ਬੜੀਆਂ ਕੀੜੀਆਂ ਜਿੰਦੇ ਨੂੰ ਖਾ ਰਹੀਆਂ ਸਨ, ਔਰ ਸੇਵਕਾਂ ਨੇ ਪੁੱਛਿਆ ਮਹਾਰਾਜ ਜੀ ਇਹ ਹਾਲਤ ਕੀ ਹੈ, ਇਹਨੂੰ ਇਤਨੀ ਸਜ਼ਾ ਕਿਉਂ ਹੋ ਰਹੀ ਹੈ। ਉਹ ਕਹਿਣ ਲੱਗੇ ਕਿ ਦੇਖੋ ਭਾਈ, ਇਹ ਦੁਨੀਆਂ ਨੂੰ ਝੂਠਾ ਗੁਰੂ ਬਣ ਕੇ ਦਿਖਾਉਂਦਾ ਸੀਗਾ, ਜਿਹੜੇ ਚੇਲੇ ਝੂਠੇ ਗੁਰੂ ਨੂੰ ਮੰਨਦੇ ਸਨ, ਇਹ ਉਹਨਾਂ ਦੀ ਹਾਲਤ ਹੈ, ਉਹ ਕੀੜੀਆਂ ਬਣ ਕੇ ਆਪਣਾ ਮੂੰਹ ਇਸ ਗੰਦ ਦੇ ਵਿੱਚ ਪਾਈ ਬੈਠੀਆਂ ਹਨ। ਮਿਸਟਰ ਓਬਰਾਏ ਨੇ ਇੱਕ ਕਿਤਾਬ ਲਿਖੀ ਇੰਗਲਿਸ਼ ਦੇ ਅੰਦਰ, ਜੋ ਮਹਾਰਾਜ ਕਿਰਪਾਲ ਦੇ ਨਾਲ ਭਾਈ ਸੁੰਦਰ ਦਾਸ ਦਾ ਇੰਟਰਵਿਊ ਹੋਇਆ ਸੀਗਾ, ਉਹਦੇ ਅੰਦਰ ਅਗਰ ਅਸੀਂ ਪੜ੍ਹੀਏ ਉਸ ਇੰਟਰਵਿਊ ਨੂੰ, ਜਿਹਨਾਂ ਪ੍ਰੇਮੀਆਂ ਨੇ ਉਹ ਇੰਟਰਵਿਊ ਹੁੰਦਾ ਮਹਾਰਾਜ ਕਿਰਪਾਲ ਦੇ ਨਾਲ ਦੇਖਿਆ ਕਿ ਕਿਸ ਤਰ੍ਹਾਂ ਝੂਠੇ ਗੁਰੂਆਂ ਨੂੰ ਅੰਦਰ ਸਜ਼ਾ ਮਿਲਦੀ ਹੈ, ਕਿਤਨੇ ਉਹ ਲੋਕ ਹਨ, ਔਰ ਕਿਸ ਤਰ੍ਹਾਂ ਜਿਹੜੇ ਝੂਠੇ ਗੁਰੂਆਂ ਦਾ ਜਾ ਕੇ ਸਮਰਥਨ ਕਰਦੇ ਹੈ ਉਹਨਾਂ ਦੀ ਕੀ ਹਾਲਤ ਹੁੰਦੀ ਹੈ। ਉਹਦੇ ਅੰਦਰ ਕਿਸੇ ਦੀ ਨਿੰਦਿਆ ਨਹੀਂ ਕੀਤੀ ਗਈ, ਸੈਂਕੜੇ ਆਦਮੀਆਂ ਦੇ ਸਾਹਮਣੇ ਉਹ ਇੰਟਰਵਿਊ ਹੋਇਆ ਸੀਗਾ, ਉਹ ਬੜੇ ਪਿਆਰ ਨਾਲ ਸੰਗਤ ਦੇ ਫਾਇਦੇ ਵਾਸਤੇ ਉਹ ਕਿਤਾਬ ਦੇ ਵਿੱਚ ਦਰਜ ਕਰ ਦਿੱਤਾ।
ਸੋ ਮੇਰਾ ਕਹਿਣ ਦਾ ਭਾਵ ਇਤਨਾ ਹੀ ਹੈ, ਨਾਮ ਅਮੋਲਕ ਰਤਨ ਹੈ, ਉਹ ਨਾਮ ਜਿਹੜਾ ਹੈ ਅਮੋਲਕ ਰਤਨ ਹੈ। ਔਰ ਜਦੋਂ ਅਸੀਂ ਸੰਤਾਂ ਮਹਾਤਮਾ ਦੇ ਕਹਿਣ ਦੇ ਮੁਤਾਬਕ ਉਹਨਾਂ ਦੇ ਰਸਤੇ ਤੇ ਚੱਲਦੇ ਹਾਂ, ਉਹ ਸਾਡੇ ਅੰਦਰ ਪ੍ਰਕਾਸ਼ ਕਰ ਦਿੰਦੇ ਹੈ, ਉਹ ਨਾਮ ਦਾ ਦੀਵਾ ਜਗਾ ਦਿੰਦੇ ਹੈ। ਸੰਤ ਮਹਾਤਮਾ ਦੀ ਜੋ ਸੇਵਾ ਹੈ ਇਹ ਬੜੀ ਹੀ ਉੱਤਮ ਹੁੰਦੀ ਹੈ। ਨਾ ਸੰਤ ਮਹਾਤਮਾ ਸਾਡਾ ਤਨ ਲੈਂਦੇ ਹੈ, ਨਾ ਮਨ ਲੈਂਦੇ ਹੈ, ਨਾ ਸਾਡੇ ਉਹ ਧੰਦੇ ਪੁੱਤੇ ਹੁੰਦੇ ਹੈ, ਉਹਨਾਂ ਨੂੰ ਸਭ ਕੁਛ ਪਰਮਾਤਮਾ ਨੇ ਦਿੱਤਾ ਹੁੰਦਾ ਹੈ। ਲੇਕਿਨ ਸਾਰਿਆਂ ਤੋਂ ਜਿਹੜੀ ਸੇਵਾ ਉੱਚੀ ਹੈ, ਸੁੱਚੀ ਹੈ, ਉਹ ਸੁਧ ਸ਼ਬਦ ਅਭਿਆਸ ਹੈ। ਆਪਣੇ ਫੈਲੇ ਹੋਏ ਖਿਆਲ ਨੂੰ ਨੌ ਦੁਆਰਿਆਂ ਚੋਂ ਕੱਢ ਕੇ ਇੱਥੇ ਅੱਖਾਂ ਦੇ ਪਿੱਛੇ ਲਿਆਉਣਾ ਸਭ ਤੋਂ ਉੱਚੀ ਔਰ ਸੁੱਚੀ ਸੇਵਾ ਹੈ। ਸੋ ਇਹ ਅਸੀਂ ਉਦੋਂ ਹੀ ਕਰ ਸਕਦੇ ਹਾਂ ਜਦੋਂ ਅਸੀਂ ਆਪਣੇ ਖਿਆਲ ਨੂੰ ਬਾਹਰੋਂ ਹਟਾ ਕੇ ਅੰਦਰ ਉਸ ਸ਼ਬਦ ਦੇ ਨਾਲ ਜੁੜ ਜਾਂਦੇ ਹਾਂ। ਸੋ ਇਸ ਵਾਸਤੇ ਜਿਹੜਾ ਸੁਰਤ ਸ਼ਬਦ ਦੀ ਸੇਵਾ ਕਰ ਲੈਂਦਾ ਹੈ ਉਹਦੀਆਂ ਸਾਰੀਆਂ ਹੀ ਸੇਵਾ ਹੋ ਸਕਦੀਆਂ ਹਨ। ਗੁਰੂ ਦਾ ਧਨ ਕੌਣ ਸਮਝੇਗਾ ਕਿ ਗੁਰੂ ਦਾ ਧਨ ਹੈ ਜਿਹੜੇ ਅੰਦਰ ਜਾਂਦੇ ਹਨ। ਗੁਰੂ ਦਾ ਧਨ ਕੌਣ ਸਮਝੇਗਾ ਕਿ ਗੁਰੂ ਦਾ ਹੈ ਜਿਹੜੇ ਅੰਦਰ ਜਾਂਦੇ ਹੈ। ਜਦੋਂ ਅਸੀਂ ਗੁਰੂ ਦਾ ਧਨ ਸਮਝਾਂਗੇ ਅਸੀਂ ਇਸ ਧਨ ਦੇ ਨਾਲ ਕੋਈ ਭੈੜਾ ਖੋਟਾ ਕਰਮ ਨਹੀਂ ਕਰਾਂਗੇ। ਔਰ ਜੇ ਅਸੀਂ ਗੁਰੂ ਦਾ ਧਨ ਸਮਝਾਂਗੇ ਇਸ ਨੂੰ ਅਸੀਂ ਸ਼ਰਾਬਾਂ ਕਬਾਬਾਂ ਦੇ ਵਿੱਚ ਬੁਰੇ ਪਾਸੇ ਨਹੀਂ ਲਾਵਾਂਗੇ। ਅਗਰ ਮਨ ਅਸੀਂ ਗੁਰੂ ਦਾ ਸਮਝਾਂਗੇ ਇਹਦੇ ਨਾਲ ਭੈੜੇ ਖੋਟੇ ਅਸੀਂ ਖਿਆਲ ਹੀ ਨਹੀਂ ਉਠਾਵਾਂਗੇ। ਅਸੀਂ ਕਹਾਂਗੇ ਕਿ ਸਾਡੇ ਗੁਰੂ ਦਾ ਮਨ ਹੈ, ਸਾਡਾ ਇਹਦੇ ਵਿੱਚ ਕੀ ਹੋਇਆ ਹੋਇਆ ਹੈ। ਸੋ ਗੱਲ ਕਰ ਲੈਣੀ ਬੜੀ ਆਸਾਨ ਹੈ, ਇਸ 'ਤੇ ਚੱਲਣਾ ਬੜਾ ਹੀ ਮੁਸ਼ਕਿਲ ਹੁੰਦਾ ਹੈ। ਸੋ ਇਸ ਵਾਸਤੇ ਸੰਤ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਹੈ ਨਾਮ ਅਮੋਲਕ ਰਤਨ ਹੈ ਪੂਰੇ। ਆਪ ਕਹਿਣਗੇ ਬੜਾ ਹੀ ਨਾਮ ਅਮੋਲਕ ਹੈ ਔਰ ਇਹ ਰਤਨਾਂ ਦਾ ਵੀ ਰਤਨ ਹੈ ਜੀ। ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲਗਿਆ ਕੱਡ ਰਤਨ ਦੇਵੈ ਪਰਗਾਸ। ਜ਼ਿਆਦਾ ਸੀ ਮਹਾਤਮਾ ਦੇ ਕਹਿਣ ਦੇ ਮੁਤਾਬਕ ਸ਼ਬਦ ਨਾਮ ਦੀ ਕਮਾਈ ਕਰਦੇ ਹਾਂ, ਕਿਉਂਕਿ ਸੰਤਾਂ ਦੀ ਫੈਮਿਲੀ ਸੰਤਾਂ ਦੀ ਸੰਗਤੀ ਹੁੰਦੀ ਹੈ, ਸੰਗਤ ਦੇ ਵਿੱਚ ਉਹਨਾਂ ਦੇ ਰੂਹਾਨੀਅਤ ਦਾ ਵਾਰਸ ਬਣਨਾ ਹੁੰਦਾ ਹੈ। ਸੋ ਆਪ ਪਿਆਰ ਨਾਲ ਕਹਿੰਦੇ ਹੈ, ਉਹ ਤਾਂ ਭਾਲਦੇ ਫਿਰਦੇ ਹੈ ਕਿ ਕੋਈ ਨਾ ਕੋਈ ਇਹ ਰੂਹਾਨੀਅਤ ਦਾ ਤਾਜ ਲੈਣ ਵਾਸਤੇ ਆਵੇ। 25 ਸਾਲ ਸਾਡੇ ਸਤਿਗੁਰੂ ਮਹਾਰਾਜ ਕਿਰਪਾਲ ਨੇ ਹੋਕਾ ਦਿੱਤਾ ਕਿ ਵੀ ਪਿਆਰਿਓ ਦੇਣੇ ਵਾਲੇ ਦਾ ਤਾਂ ਕੀ ਕਸੂਰ ਹੋ ਸਕਦਾ ਹੈ, ਸਵਾਲ ਤਾਂ ਲੈਣੇ ਵਾਲੇ ਦਾ ਹੀ। ਜਿੰਨੀ ਜਿੰਨੀ ਸਾਡੀ ਸ਼ਰਧਾ ਸੀ, ਜੈਸਾ ਜੈਸਾ ਸਾਡਾ ਬਰਤਨ ਬਣਿਆ ਸੀਗਾ ਵੈਸਾ ਵੈਸਾ ਅਸੀਂ ਉਸ ਮਹਾਤਮਾ ਤੋਂ ਪ੍ਰਾਪਤ ਕੀਤਾ। 45 ਸਾਲ ਮਹਾਰਾਜ ਸਾਵਣ ਸਿੰਘ ਨੇ ਹੋਕਾ ਦਿੱਤਾ ਤੇ ਕੋਈ ਲੈਣ ਵਾਲਾ ਤਿਆਰ ਹੋਵੇ, ਸੰਤ ਦੇਣ ਨੂੰ ਤਿਆਰ ਹੈ। ਲੇਕਿਨ ਜੈਸਾ ਜੈਸਾ ਕਿਸੇ ਦਾ ਬਰਤਨ ਸੀਗਾ, ਜੈਸਾ ਜੈਸਾ ਕਿਸੇ ਦੀ ਸ਼ਰਧਾ ਸੀ, ਵੈਸਾ ਵੈਸਾ ਉਸ ਮਹਾਤਮਾ ਤੋਂ ਪ੍ਰਾਪਤ ਕੀਤਾ, ਬਾਕੀ ਅਸੀਂ ਸੋਚਦੇ ਰਹਿ ਜਾਂਦੇ ਹਾਂ। ਸੋ ਇਸ ਵਾਸਤੇ ਆਪ ਕਹਿਣ ਲੱਗੇ ਜੋ ਸੰਤਾਂ ਮਹਾਤਮਾ ਦੇ ਕਹਿਣ ਮੁਤਾਬਕ ਸ਼ਬਦ ਨਾਮ ਦੀ ਕਮਾਈ ਕਰਦੇ ਹੈ ਉਹਨਾਂ ਦੇ ਅੰਦਰ ਨਾਮ ਦਾ ਪ੍ਰਕਾਸ਼ ਮਹਾਤਮਾ ਪੈਦਾ ਕਰ ਦਿੰਦੇ ਹੈ ਜੀ। ਸਤਿਗੁਰ ਸੇਵੈ ਲਗਿਆ ਕੱਢ ਰਤਨ ਦੇਵੈ ਪਰਗਾਸ, ਤਨ ਵਡ ਪਾਗੀ ਵਡ ਪਾਗੀਆਂ ਜੋ ਆਏ ਮਿਲੇ ਗੁਰ ਪਾਸ। ਕਿਹਦੇ ਉੱਚੇ ਭਾਗ ਹੈ, ਕਿਹਦੇ ਵੱਡੇ ਭਾਗ ਹੈ, ਕਿਹਦੇ ਸੁੱਚੇ ਭਾਗ ਹੈ,
ਜਿਹੜੇ ਇਨਸਾਨੀ ਜਾਮਾ ਪਾ ਕੇ ਐਸੇ ਮਹਾਤਮਾ ਨਾਮ ਰੂਪ ਮਹਾਤਮਾ ਦੇ ਪਾਸ ਆ ਕੇ ਮਿਲ ਜਾਂਦੇ ਹੈ, ਉਹੀ ਘੜੀ ਸੁਲੱਖਣੀ ਹੈ, ਉਹੀ ਦਿਨ ਸੁਲੱਖਣਾ ਹੈ ਜਿਸ ਦਿਨ ਐਸੇ ਮਹਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ। ਤੋ ਆਪ ਕਹਿੰਦੇ ਸਾਈ ਘੜੀ ਸੁਲੱਖਣੀ ਜੋ ਮੇਰੇ ਪ੍ਰਭਾਵ ਹੈ। ਤੋ ਆਪ ਕਹਿਣ ਲੱਗੇ ਉਹੀ ਘੜੀ ਸੁਲੱਖਣੀ ਹੈ ਜਿਹੜੀ ਉਹ ਪਰਮਾਤਮਾ ਨੂੰ ਪਾਉਂਦੀ ਹੈ, ਉਹਦੇ ਨਾਲ ਮਿਲਾਪ ਕਰਾ ਦਿੰਦਾ ਹੈ ਜੀ। ਤਨ ਵਡ ਪਾਗੀ ਵਡ ਪਾਗੀਆਂ ਜੋ ਆਏ ਮਿਲੇ ਗੁਰ ਪਾਸ, ਇਨ੍ਹਾਂ ਸਤ ਗੁਰ ਪੁਰਖ ਨਾ ਪੇਟਿਓ ਤੇ ਪਾਗਹੀਨ ਵਸ ਕਾਲ। ਹੁਣ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਆ ਅਗਰ ਇਨਸਾਨ ਦਾ ਜਾਮਾ ਪਾ ਕੇ ਕੋਈ ਮਹਾਤਮਾ ਨਾ ਮਿਲਿਆ, ਨਾਮ ਨਾ ਮਿਲਿਆ, ਫਿਰ ਅਸੀਂ ਕਾਲ ਦੇ ਵਸ ਪਵਾਂਗੇ। ਕਾਲ ਸਾਨੂੰ ਪੈੜੀਆਂ ਖੋਟੀਆਂ ਜੂਨਾਂ ਦੇ ਵਿੱਚ ਭੇਜ ਦੇਵੇਗਾ। ਪਹਿਲਾਂ ਅਸੀਂ 84 ਦੇ ਵਿੱਚੋਂ ਆਏ ਹਾਂ, ਫਿਰ ਸਾਨੂੰ 84 ਵਿੱਚ ਜਾਣਾ ਪਏਗਾ ਜੀ। ਆਪ ਕਹਿਣ ਲੱਗੇ 84 ਅੰਦਰ ਜਾ ਕੇ ਵੀ ਉਹਨਾਂ ਨੂੰ ਬੜੀ ਖੋਟੀਆਂ ਜੂਨਾਂ ਮਿਲਦੀਆਂ ਹਨ, ਬਿਸ਼ਤਿਆਂ ਦੇ ਕੀੜੇ ਤੱਕ ਬਣਨਾ ਪੈਂਦਾ ਹੈ। ਮੈਂ ਗੁਰੂ ਨਾਨਕ ਸਾਹਿਬ ਦੀ ਇੱਕ ਜੀਵਨ ਘਟਨਾ ਦੱਸਦਾ ਹੁੰਦਾ ਹੈ ਕਿ ਕਿਸ ਤਰ੍ਹਾਂ ਉਹ ਇੱਕ ਜਿਮੀਦਾਰ ਦੇ ਪਾਸ ਜਾਂਦੇ ਹੁੰਦੇ ਸਨ, ਜਿਸ ਨੂੰ ਉਹਨਾਂ ਨੇ ਨਾਮ ਦਿੱਤਾ। ਹਮੇਸ਼ਾ ਕਹਿੰਦੇ ਦੇਖ ਪਿਆਰਿਆ, ਕਮਾਈ ਕਰੀਦੀ ਹੁੰਦੀ ਹੈ, ਅੱਜ ਦਾ ਕੰਮ ਕੱਲ੍ਹ 'ਤੇ ਨਾ ਛੱਡ। ਉਹ ਜਿਮੀਦਾਰ ਹਮੇਸ਼ਾ ਹੀ ਲਾਰੇ ਲਾਉਂਦਾ ਸੀਗਾ ਕਿ ਜੀ ਮੈਨੂੰ ਇਹ ਕੰਮ ਹੈ, ਫਿਰ ਦੇਖਾਂਗੇ, ਫਿਰ ਹੋ ਜਾਏਗਾ। ਸਾਨੂੰ ਪਤਾ ਹੈ ਕਿ ਮੌਤ ਕਦੇ ਕੋਈ ਲਿਹਾਜ਼ ਨਹੀਂ ਕਰਦੀਗੀ, ਪਤਾ ਨਹੀਂ ਕਿਸ ਵੇਲੇ ਆ ਕੇ ਗਲਾ ਦਬਾ ਲੈਣਾ ਹੈ। ਇਸੇ ਤਰ੍ਹਾਂ ਉਸ ਜਿਮੀਦਾਰ ਦੀ ਮੌਤ ਹੋਈ। ਘਰ ਦੇ ਅੰਦਰ ਹੀ ਪਿਆਰ ਸੀਗਾ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਜਿਨ੍ਹਾਂ ਨਾਲ ਦੇਣਾ ਲੈਣਾ, ਜਿਨ੍ਹਾਂ ਦੀਆਂ ਆਸਾਂ ਹਨ ਉੱਥੇ ਅਸੀਂ ਜਨਮ ਹੁੰਦੇ ਹੈ, ਯਹਾਂ ਆਸਾ ਤਹਾਂ ਵਾਸਾ। ਉਸ ਘਰ ਦੇ ਅੰਦਰ ਹੀ ਬਲਦ ਬਣ ਕੇ ਪੈਦਾ ਹੋਇਆ। ਹੁਣ ਸੰਤਾਂ ਨੇ ਨਾਮ ਦਿੱਤਾ ਹੈ, ਉਹ ਜ਼ਰੂਰ ਆਪਦੇ ਸੇਵਕ ਦੀ ਰੱਖਿਆ ਕਰਦੇ ਹੈ। ਔਰ ਗੁਰੂ ਸਾਹਿਬ ਉੱਥੇ ਫੇਰ ਗਏ, ਉਹਨਾਂ ਦੇ ਬੱਚਿਆਂ ਨੂੰ ਕਹਿਣ ਲੱਗੇ ਦੇਖੋ ਵੀ ਪਿਆਰਿਓ, ਅਸੀਂ ਇਹਦੇ ਨਾਲ ਕੋਈ ਬਾਤ ਕਰਨੀ ਹੈ। ਉਹਨਾਂ ਨੇ ਸੋਚਿਆ ਕਿ ਇਹ ਮਹਾਤਮਾ ਸਾਡੇ ਪਿਤਾ ਕੋਲ ਵੀ ਆਉਂਦਾ ਹੁੰਦਾ ਸੀਗਾ। ਉਹਨਾਂ ਨੇ ਆਦਰ ਕੀਤਾ, ਕਹਿੰਦੇ ਜੀ ਕਰ ਲਓ। ਉਹਨੂੰ ਕੰਨ ਦੇ ਵਿੱਚ ਕਹਿਣ ਲੱਗੇ ਕਿਉਂ ਬਈ ਹੁਣੀ ਤੂੰ ਖਿਆਲ ਇਸ ਪਾਸੇ ਕਰ, ਮੇਰੀ ਤਰਫ ਖਿਆਲ ਕਰ। ਕਹਿਣ ਲੱਗਾ ਦੇਖੋ ਜੀ ਬੱਚੇ ਜਿਹੜੇ ਹੈ ਬੜੇ ਕਮਜ਼ੋਰ ਹੈ, ਇਹਨਾਂ ਪਾਸ ਪੈਸਾ ਨਹੀਂ ਗਾ, ਮੈਂ ਸਾਰਾ ਹੀ ਕੰਮ ਇਹਨਾਂ ਦਾ ਖੁਦ ਕਰਦਾ ਹੈ, ਸਾਥ ਵਾਲਾ ਜਿਹੜਾ ਬੈਲ ਹੈ ਇਹ ਕਾਫੀ ਕਮਜ਼ੋਰ ਹੈ। ਲੇਕਿਨ ਪਹਿਲਾਂ ਵੀ ਆਸ਼ਾ ਨੇ ਉੱਥੇ ਜਨਮ ਦਿੱਤਾ, ਆਖਰ ਮੌਤ ਆਈ, ਉੱਥੋਂ ਵੀ ਉਹ ਖਤਮ ਹੋਇਆ। ਉਸੇ ਘਰ ਦੇ ਅੰਦਰ ਕੁੱਤਾ ਬਣ ਕੇ ਉਹ ਪੈਦਾ ਹੋਇਆ। ਜਦ ਕੁੱਤਾ ਬਣ ਕੇ ਪੈਦਾ ਹੋਇਆ, ਗੁਰੂ ਸਾਹਿਬ ਫੇਰ ਆਏ, ਕਹਿਣ ਲੱਗੇ ਦੇਖ ਬਈ ਹੁਣ ਵੀ ਮੌਕਾ ਹੈ। ਲੇਕਿਨ ਉਹ ਫੇਰ ਵੀ ਕਹਿਣ ਲੱਗਿਆ ਦੇਖੋ ਜੀ ਬੱਚੇ ਜਿਹੜੇ ਹੈ ਨੋਹਾਂ ਜੋ ਹਨ ਇਹ ਸੁੱਤੇ ਰਹਿੰਦੇ ਹੈ, ਘਰ ਨੂੰ ਕੋਈ ਚੋਰ ਲੈ ਜਾਣਗੇ ਚਰਾ ਕੇ, ਮੈਂ ਸਾਰੀ ਰਾਤ ਜਾਗਦਾ ਰਹਿੰਦਾ ਹੈ। ਆਖਰ ਕੁੱਤਿਆਂ ਨੇ ਵੱਢਿਆ, ਸਿਰ ਵਿੱਚ ਕੀੜੇ ਪੈ ਗਏ। ਕੀੜਿਆਂ ਵਾਲੇ ਕੁੱਤੇ ਨੂੰ ਕੌਣ ਬਾਹਰ ਘਰੇ ਵੱਢਣ ਦਿੰਦਾ ਹੈ, ਸਭ ਡੰਡੇ ਮਾਰਦੇ ਹੈ, ਡੰਡਾ ਵਜਿਆ, ਲੜਕੇ ਤੋਂ ਮਰ ਗਿਆ। ਆਖਰ ਉੱਥੇ ਆਸ਼ਾ ਸੀਗੀ ਕੀ ਹੋਇਆ,
ਕਿ ਸੱਪ ਬਣ ਕੇ ਉਸੇ ਘਰ ਦੇ ਅੰਦਰ ਉਹ ਪੈਦਾ ਹੋਇਆ, ਉੱਥੇ ਰਹਿਣ ਲੱਗ ਪਿਆ। ਇੱਕ ਦਿਨ ਘਰ ਦੇ ਸਾਰੇ ਬਾਹਰ ਗਏ ਹੋਏ ਸੀਗੇ, ਪਿੱਛੋਂ ਜਿਹੜਾ ਪੋਤਾ ਸੀਗਾ ਉਹ ਰੋਣ ਲੱਗ ਪਿਆ। ਆਖਰ ਮਮਤਾ ਜਿਉਂ ਸੀਗੀ, ਦਿਲ ਚ ਖਿਆਲ ਆਇਆ ਇਹ ਰੋਂਦਾ, ਮੈਂ ਇਸ ਨੂੰ ਬਰਾਵਾਂ। ਇਹ ਭੁੱਲ ਗਿਆ ਕਿ ਮੇਰੀ ਤਾਂ ਸ਼ਕਲ ਹੀ ਐਸੀ ਦਿੱਤੀ ਹੈ ਪਰਮਾਤਮਾ ਨੇ ਕਿ ਮੇਰੇ ਤਾਂ ਟੰਬੇ ਪੈਣਗੇ, ਮਾਰ ਦੇਣਗੇ। ਉਹ ਆ ਕੇ ਉਸ ਨੂੰ ਵਰਾਉਣ ਲੱਗਿਆ। ਇਹਨੇ ਘਰ ਦੇ ਨੇ ਬੂਹਾ ਖੋਲਿਆ, ਜਦ ਉਹ ਆਏ ਦੇਖਿਆ ਕਿ ਬੱਚੇ ਨੂੰ ਤਾਂ ਸੱਪ ਖਾ ਜਾਂਦਾ ਜੇ ਆਪਾਂ ਨਾ ਆਉਂਦੇ। ਜਲਦੀ ਬੂਹਾ ਖੋਲ ਲਿਆ, ਉਹਨਾਂ ਨੇ ਟੰਬੇ ਫੜੇ, ਉਹ ਸੱਪ ਨੂੰ ਮਾਰ ਦਿੱਤਾ। ਉੱਥੇ ਹੀ ਜਗ੍ਹਾ ਉਹ ਕੀੜਾ ਬਣ ਕੇ ਪੈਦਾ ਹੋਇਆ। ਉਹਨਾਂ ਦੇ ਘਰ ਅੰਦਰ ਗੰਦੀ ਨਾਲੀ ਦੇ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ। ਕਹਿਣ ਲੱਗੇ, ਮਰਦਾਨਿਆਂ ਆਪਾਂ ਚੱਲਣਾ ਹੈ, ਕੋਈ ਖਾਸ ਸੇਵਕ ਕਿਸੇ ਜਗ੍ਹਾ ਫਸਿਆ ਹੋਇਆ ਹੈ। ਉਹ ਕਹਿਣ ਲੱਗੇ, ਤੁਹਾਡੀਆਂ ਜੀ ਤੁਸੀਂ ਜਾਣੋ। ਜਦ ਉੱਥੇ ਆਏ ਉਹਨੂੰ ਕਹਿਣ ਲੱਗੇ, ਗੰਦੇ ਪਾਣੀ ਦੇ ਵਿੱਚੋਂ ਤੂੰ ਬੁੱਕ ਭਰ ਕੇ ਬਾਹਰ ਕੱਢ। ਮਰਦਾਨਿਆਂ ਦੇਖ, ਇੱਥੇ ਆਪਣਾ ਹੀ ਇੱਕ ਪ੍ਰੇਮੀ ਹੈ। ਜਦ ਉਸਨੇ ਬੁੱਕ ਭਰਿਆ, ਬਾਹਰ ਕੱਢਿਆ, ਉਹ ਕੀੜਾ ਜਿਹੜਾ ਸੀ ਤੜਫ ਕੇ ਜਾਨ ਦੇ ਦਿੱਤੀ। ਸੋ ਆਖਰ ਇੱਥੋਂ ਤੱਕ ਸਾਨੂੰ ਸਜ਼ਾ ਮਿਲਦੀ ਹੈ। ਸੋ ਸੰਤ ਮਹਾਤਮਾ ਪਿਆਰ ਨਾਲ ਸਾਨੂੰ ਦੱਸਦੇ ਹੈ ਕਿ ਅਗਰ ਅਸੀਂ ਗੁਰੂ ਮਿਲ ਜਾਂਦਾ ਹੈ ਅਸੀਂ ਵੱਡੇ ਭਾਗਾਂ ਵਾਲੇ ਹੈ, ਅਗਰ ਨਹੀਂ ਮਿਲਦਾ ਗਾ ਤਾਂ ਅਸੀਂ ਕਾਲ ਦੇ ਜਾਲ ਵਿੱਚ ਫਸ ਜਾਂਦੇ ਹਾਂ। ਕਾਲ ਸਾਨੂੰ 84 ਵਿੱਚ ਭੇਜ ਦਿੰਦਾ ਹੈ, 84 ਦੇ ਵਿੱਚ ਜਾ ਕੇ ਵੀ ਸਾਨੂੰ ਕੀੜਿਆਂ ਦੀ ਜੂਨਾਂ ਵਿੱਚ ਭੇਜ ਦਿੰਦਾ ਹੈ ਜੀ। ਓਏ ਫਿਰ ਫਿਰ ਜਾਨ ਪਵਾਈਏ ਵਿੱਚ ਵਿੱਚ ਦਾ ਕਰ ਵਿਕਰਾਲ ਉਹਨਾਂ ਪਾਸ ਦੁਆਸ ਨਾ ਕੀਤੀਏ ਜਿਨ ਅੰਤਰ ਕ੍ਰੋਧ ਚੰਡਾਲ। ਹੁਣ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਆ ਕਿ ਉਹਨਾਂ ਲੋਕਾਂ ਪਾਸ ਜਾਣਾ ਚਾਹੀਦਾ ਜੋ ਪਕਸ਼ਪਾਤ ਦੇ ਭਰੇ ਹੋਏ ਹਨ, ਜੋ ਇੱਕ ਦੂਸਰੇ ਦੀ ਨਿੰਦਿਆ ਕਰਦੇ ਹਨ। ਕਹਿਣ ਲੱਗੇ, ਨਹੀਂ, ਸਾਨੂੰ ਹਮੇਸ਼ਾ ਹੀ ਮਾਲਕ ਦੇ ਪਿਆਰਿਆਂ, ਮਾਲਕ ਦੇ ਭਗਤਾਂ ਦੇ ਪਾਸ ਹੀ ਬੈਠਣਾ ਚਾਹੀਦਾ ਹੈ ਜੀ। ਉਹਨਾਂ ਪਾਸ ਦਵਾਸ ਨਾ ਪੇਟੀਏ ਜਿਨ ਅੰਤਰ ਕ੍ਰੋਧ ਚੰਡਾਲ ਤਾਤੇ ਗੁਰ ਪੁਰਖ ਅੰਮ੍ਰਿਤ ਸਰ ਵਡ ਭਾਗੀ ਨਾਵੇ ਆਏ ਉਨ ਜਨਮ ਜਨਮ ਕੀ ਮੈਲ ਉਤਰੇ ਨਿਰਮਲ ਨਾਮ ਸਾਡੀ ਆਤਮਾ ਤੇ ਪਹਿਲਾਂ ਅਸੂਲ ਪੜਦਾ ਹੈ। ਇਸ ਦੇ ਅੰਦਰ ਸੂਖਮ ਹੈ, ਉਸ ਦੇ ਅੰਦਰ ਕਾਰਨ ਹੈ। ਗੁਰੂ ਕੀ ਕਰਦਾ ਹੈ, ਅਭਿਆਸ ਕਰਾ ਕੇ ਸਾਨੂੰ ਅੰਮ੍ਰਿਤ ਸਰ ਪਾਰ ਬ੍ਰਹਮ ਦੇ ਵਿੱਚ ਲੈ ਜਾਂਦਾ ਹੈ। ਬਾਹਰ ਤੀਰਥਾਂ ਦੇ ਉੱਤੇ ਸਾਡਾ ਬਦਨ ਇਸ਼ਨਾਨ ਕਰਦਾ ਹੈ, ਉੱਥੇ ਆਤਮਾ ਇਸ਼ਨਾਨ ਕਰਦੀ ਹੈ। ਉੱਥੇ ਆਤਮਾ ਦੇ ਜੋ ਜਨਮਾਂ ਜਨਮਾਤਰਾਂ ਦੇ ਪਾਪ ਹੈ ਉਹ ਲੈ ਜਾਂਦੇ ਹੈ। ਇਸ ਗੁਰੂ ਦਾ ਫਾਇਦਾ ਹੈ, ਗੁਰੂ ਕੀ ਕਰਦਾ ਹੈ, ਇਹ ਸਾਡੇ ਖਿਆਲ ਨੂੰ ਬਾਹਰੋਂ ਹਟਾ ਕੇ ਆਤਮਾ ਦੇ ਉੱਪਰੋਂ ਤੀਨੇ ਪਰਦੇ ਲਾ ਕੇ ਉਹ ਅੰਮ੍ਰਿਤਸਰ ਦੇ ਵਿੱਚ ਜਾ ਕੇ ਆਤਮਾ ਨੂੰ ਇਸ਼ਨਾਨ ਕਰਾਉਂਦਾ ਹੈ। ਆਪ ਪਿਆਰ ਨਾਲ ਕਹਿੰਦੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਸ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਆਪ ਕਹਿਣ ਲੱਗੇ, ਸਿੱਖ ਦਾ ਧਰਮ ਹੈ ਸਭ ਤੋਂ ਪਹਿਲਾਂ 3 ਵਜੇ ਉੱਠੇ, ਉਹ ਸ਼ਬਦ ਨਾਮ ਦੀ ਕਮਾਈ ਕਰੇ, 3 ਪਰਦੇ ਆਤਮਾ ਤੋਂ ਲਾ ਕੇ ਇਸ ਅੰਮ੍ਰਿਤਸਰ ਦੇ ਵਿੱਚ ਪਹੁੰਚੇ। ਅਸੀਂ ਬਾਹਰਲੇ ਅੰਮ੍ਰਿਤਸਰ ਨੂੰ ਵੀ
ਨਿਮਸ਼ਕਾਰ ਕਰਦੇ ਹਾਂ, ਉੱਥੇ ਸਾਡੇ ਗੁਰੂਆਂ ਨੇ ਨਾਮ ਦਾ ਪ੍ਰਚਾਰ ਕੀਤਾ, ਸਤਸੰਗ ਕੀਤਾ, ਵਿਛੜੀਆਂ ਆਤਮਾ ਨੂੰ ਪ੍ਰਭੂ ਦੇ ਨਾਲ ਜੋੜਿਆ। ਲੇਕਿਨ ਜਿਹੜਾ ਅੰਮ੍ਰਿਤਸਰ ਗੁਰੂ ਸਾਹਿਬ ਨੇ ਦੱਸਿਆ ਹੈ ਉਹ ਸਾਨੂੰ ਦਸਵੇਂ ਦੁਆਰ ਵਿੱਚ ਜਾ ਕੇ ਮਿਲਦਾ ਹੈ। ਗੁਰੂ ਰਾਮਦਾਸ, ਗੁਰੂ ਅਮਰਦੇਵ ਜੀ ਮਹਾਰਾਜ ਕਹਿੰਦੇ ਹੈ, ਸੱਚਾ ਅੰਮ੍ਰਿਤਸਰ ਕਾਇਆ ਮਾਹੇ ਮਨ ਪੀਵਾ ਪਾਏ ਸੋ ਪਾਏ ਹੈ। ਸੱਚਾ ਅੰਮ੍ਰਿਤਸਰ ਜੋ ਹੈ ਉਹ ਤੁਹਾਡੀ ਕਾਇਆ ਅੰਦਰ ਹੈ, ਤੁਹਾਡੇ ਵਜੂਦ ਅੰਦਰ ਹੈ। ਕਬੀਰ ਸਾਹਿਬ ਨੇ ਉਸਨੂੰ ਪ੍ਰਾਗਰਾਜ ਕਿਹਾ ਹੈ ਔਰ ਰਿਖੀਆਂ ਮੁੰਨੀਆਂ ਨੇ ਵੀ ਉਸਨੂੰ ਪ੍ਰਾਗਰਾਜ ਕਿਹਾ ਹੈ। ਗੁਰੂ ਸਾਹਿਬ ਉਸਨੂੰ ਅੰਮ੍ਰਿਤਸਰ ਕਰਕੇ ਬਿਆਨ ਕਰਦੇ ਹੈ ਜੀ। ਓਨ ਜਨਮ ਜਨਮ ਕੀ ਮੈਲ ਉਤਰੇ ਨਿਰਮਲ ਨਾਮ ਬਿਰੜਾਏ ਜਨ ਨਾਨਕ ਉਤਮ ਪਦ ਪਾਇਆ ਸਤ ਗੁਰ ਕੀ ਲਿਵ ਲਾਏ। ਗੁਰੂ ਰਾਮਦਾਸ ਜੀ ਨੇ ਸਾਨੂੰ ਇਹ ਛੋਟੇ ਜਿਹੇ ਸ਼ਬਦ ਦੇ ਵਿੱਚ ਬੜੇ ਪਿਆਰ ਨਾਲ ਦੱਸਿਆ ਕਿ ਨਾਮ ਕੀ ਤ੍ਰਿਪਤੀ ਹੈ, ਨਾਮ ਕੀ ਸ਼ਾਂਤੀ ਹੈ। ਕੋਈ ਪੂਰਾ ਮਹਾਤਮਾ ਮਿਲ ਜਾਵੇ ਉਹ ਸਾਨੂੰ ਨਾਮ ਦੇ ਨਾਲ ਜੋੜ ਦੇਵੇ। ਆਪ ਨੇ ਬੜੇ ਪਿਆਰ ਨਾਲ ਦੱਸਿਆ ਕਿ ਉਹ ਵੱਡੇ ਭਾਗਾਂ ਵਾਲੇ ਹੈ ਜੋ ਸੰਤਾਂ ਮਹਾਤਮਾ ਦੀ ਸੰਗਤ ਔਰ ਸੁਭ ਦੇ ਵਿੱਚ ਜਾਂਦੇ ਹੈ, ਗੁਰੂਆਂ ਤੋਂ ਨਾਮਦਾਨ ਪ੍ਰਾਪਤ ਕਰਦੇ ਹੈ। ਕੌਣ ਭਾਗਹੀਣ ਹਨ ਜਿਨ੍ਹਾਂ ਨੂੰ ਇਨਸਾਨ ਦਾ ਜਾਮਾ ਪਾ ਕੇ ਕਿਸੇ ਮਹਾਤਮਾ ਦੀ ਸੰਗਤ ਜਾਂ ਸੁਭਤ ਨਹੀਂ ਮਿਲਦੀ, ਨਾਮ ਨਹੀਂ ਮਿਲਦਾ ਗਾ, ਨਾਮ ਨੂੰ ਪ੍ਰਾਪਤ ਕਰਨ ਦਾ ਦਿਲ ਅੰਦਰ ਸ਼ੌਕ ਹੀ ਪੈਦਾ ਨਹੀਂ ਹੁੰਦਾ ਗਾ। ਇਸ ਵਾਸਤੇ ਆਪ ਕਹਿਣ ਲੱਗੇ ਕਿ ਸਤਿਗੁਰੂ ਦੇ ਮਿਲਣ ਦਾ ਕੀ ਫਾਇਦਾ ਹੈ। ਉਹ ਸਾਡੀ ਆਤਮਾ ਤੋਂ ਤੀਨੇ ਪਰਦੇ ਲਾ ਕੇ ਦਸਵੇਂ ਦੁਆਰ ਵਿੱਚ ਅੰਮ੍ਰਿਤਸਰ ਵਿੱਚ ਲੈ ਜਾਂਦਾ ਹੈ। ਉਹ ਇਦੋਂ ਵੀ ਉੱਪਰ ਉਹ ਕਿੱਥੇ ਲੈ ਜਾਂਦਾ ਹੈ, ਉੱਤਮ ਸੱਚਖੰਡ ਦੇ ਵਿੱਚ ਲੈ ਜਾਂਦਾ ਹੈ। ਕਦ ਲੈ ਜਾਂਦਾ ਹੈ? ਜਦ ਅਸੀਂ ਆਪਣੇ ਖਿਆਲ ਨੂੰ ਬਾਹਰੋਂ ਹਟਾ ਕੇ ਉਹ ਸ਼ਬਦ ਦੇ ਨਾਲ ਜੋੜ ਲੈਂਦੇ ਹਾਂ, ਨਾਮ ਦੇ ਨਾਲ ਜੋੜ ਲੈਂਦੇ ਹੈ। ਸੋ ਸਾਨੂੰ ਵੀ ਚਾਹੀਦਾ ਹੈ ਜੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਤੇ ਥੋੜੀਆਂ ਜਿਹੀਆਂ ਲਾਈਨਾਂ ਦੇ ਵਿੱਚ ਦੱਸਿਆ ਹੈ ਕਿ ਕਿਸ ਤਰ੍ਹਾਂ ਨਾਮ ਅਮੋਲਕ ਹੈ, ਉਹ ਰਤਨ ਹੈ, ਉਹਦੇ ਵਿੱਚ ਸ਼ਾਂਤੀ ਹੈ ਔਰ ਇਹ ਸੱਚਾ ਸੁੱਖ ਸੱਚੀ ਇੱਜ਼ਤ ਸਾਨੂੰ ਪਰਮਾਤਮਾ ਦੇ ਦਰਬਾਰ ਵਿੱਚ ਦਵਾਉਂਦਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਇਹ ਨਾਮ ਹੀ ਨਾਸ਼ ਹੁੰਦਾ ਹੈ। ਸੋ ਅਸੀਂ ਇਸ ਨਾਮ ਦੇ ਧਨ ਨੂੰ ਆਪਣੇ ਆਪ ਪ੍ਰਾਪਤ ਨਹੀਂ ਕਰ ਸਕਦੇ ਗੇ ਜਦ ਤੱਕ ਅਸੀਂ ਨਾਮ ਰੂਪੀ ਮਹਾਤਮਾ ਦੇ ਚਰਨਾਂ ਵਿੱਚ ਜਾ ਕੇ ਅਸੀਂ ਬੈਠਦੇ ਨਹੀਂ ਗੇ ਜੀ। ਓਨ ਜਨਮ ਜਨਮ ਕੀ ਮੈਲ ਉਤਰੇ ਨਿਰਮਲ ਨਾਮ ਬਿਰੜਾਏ ਜਨ ਨਾਨਕ ਉਤਮ ਪਦ ਪਾਇਆ ਸਤਿਗੁਰ ਕੀ ਲਿਵ ਲਾਏ।